ਉਹਨਾਂ ਦੀਆਂ ਗੱਲਾਂ ਨੂੰ ਸੁਤਾਜ਼ਾ ਕੀਤਾ ਜਾਂਦਾ ਹੈ। ਸੋ ਅੱਜ ਵੀ ਇਹਨਾਂ ਦੀ 68ਵੀਂ ਬਰਸੀ ਮਨਾਈ ਜਾ ਰਹੀ ਹੈ। ਆਪ ਜੀ ਸਾਧ ਸੰਗਤ ਦੇ ਰੂਪ ਵਿੱਚ ਆਏ ਹੋ, ਇਲਾਹੀ ਬਾਣੀ ਦੇ ਕੀਰਤਨ ਦੀ ਆਰੰਭਤਾ ਹੋ ਚੁੱਕੀ ਹੈ। ਹੁਕਮ ਹੋਇਆ ਹੈ ਕਿ ਸਭ ਤੋਂ ਪਹਿਲਾਂ ਰਾਗ ਬਸੰਤ ਦੇ ਵਿੱਚ ਇੱਕ ਸ਼ਬਦ ਦਾ ਗਾਇਨ ਕਰਨਾ ਹੈ, ਕਿਉਂਕਿ ਅੱਜ ਕੱਲ੍ਹ ਜਿਹੜੀ ਰੁੱਤ ਚੱਲ ਰਹੀ ਹੈ ਉਹ ਬਸੰਤ ਦੀ ਰੁੱਤ ਚੱਲ ਰਹੀ ਹੈ। ਆਓ ਇਸੇ ਹੀ ਰਾਗ ਦੇ ਵਿੱਚ ਸੋ ਭਗਤ ਕਬੀਰ ਜੀ ਨੇ ਇਹ ਪਵਿੱਤਰ ਪਾਵਨ ਸ਼ਬਦ ਉਚਾਰਨ ਕੀਤਾ ਹੈ ਰਾਗ ਬਸੰਤ ਦੇ ਵਿੱਚ, ਤੇ ਇਸੇ ਹੀ ਰਾਗ ਵਿੱਚ ਇਸ ਦਾ ਗਾਇਨ ਕਰ ਰਹੇ ਹਾਂ। ਮਨ ਪ੍ਰਤਿਆ ਨੂੰ ਇਕਾਗਰ ਕਰੋ, ਸਤਿਗੁਰ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਪਾਂ ਸਾਰੇ ਜੋ ਇਲਾਹੀ ਬਾਣੀ ਹੈ, ਤੁਰਕੀ ਬਾਣੀ ਹੈ, ਸੋ ਇਸ ਨੂੰ ਸਰਵਣ ਕਰੀਏ। ਮੌਲੀ ਤਰੀਤੀ ਮੌਲਿਆ ਅਕਾਸ, ਮੌਲੀ ਤਰੀਤੀ ਮੌਲਿਆ ਅਕਾਸ, ਮੌਲੀ ਤਰੀਤੀ ਮੌਲਿਆ ਅਕਾਸ, ਮੌਲੀ ਤਰੀਤੀ ਮੌਲਿਆ ਅਕਾਸ, ਮੌਲੀ ਤਰੀਤੀ ਮੌਲਿਆ ਅਕਾਸ। ਖਟ ਖਟ ਮੌਲਿਆ ਆਤਮ ਪਰਿਗਾਸ, ਖਟ ਖਟ ਮੌਲਿਆ ਆਤਮ ਪਰਿਗਾਸ, ਖਟ ਖਟ ਮੌਲਿਆ ਆਤਮ ਪਰਿਗਾਸ, ਮੌਲੀ ਤਰੀਤੀ ਮੌਲਿਆ ਅਕਾਸ, ਮੌਲੀ ਤਰੀਤੀ ਮੌਲਿਆ ਅਕਾਸ। ਦੁਤੀਆ ਮੌਲੇ ਚਾ ਮੌਲੇ ਚਾਰ ਵੇਦ, ਸਿਮ੍ਰਤਿ ਮੌਲੀ ਸਿਓਖ ਦੇਵ, ਸਿਮ੍ਰਤਿ ਮੌਲੀ ਸਿਓਖ ਦੇਵ, ਮੌਲੀ ਤਰੀਤੀ ਮੌਲਿਆ ਅਕਾਸ, ਮੌਲੀ ਤਰੀਤੀ ਮੌਲਿਆ ਅਕਾਸ। ਰਾਜਾ ਰਾ ਮੌਲਿਆ ਅਨੰਤ ਭਾਵ, ਰਾਜਾ ਰਾਮ ਮੌਲਿਆ, ਰਾਜਾ ਰਾਮ ਮੌਲਿਆ ਅਨੰਤ ਭਾਏ, ਰਾਜਾ ਰਾਮ ਮੌਲਿਆ ਅਨੰਤ।
ਰਾਮ ਮੌਲਿਆ ਅਨੰਤ ਭਾ ਜੈ ਦੇਖੂ ਤਗਿਰਵਾ ਸਮਾਏ ਰਾਜਾ ਰਾਮ ਮੌਲਿਆ ਅਨੰਤ ਭਾ ਜੈ ਦੇਖੂ ਤਗਿਰਵਾ ਸਮਾਏ ਸਮਾਏ ਮੌਲੀ ਤਨਤੀ ਮੌਲਿਆ ਆਕਾਸ ਮੌਲੀ ਤਨਤੀ ਮੌਲਿਆ ਆਕਾਸ ਘਟ ਘਟ ਮੌਲਿਆ ਆਤਮ ਪਰਿਗਸ ਘਟ ਘਟ ਮੌਲਿਆ ਆਤਮ ਪਰਿਗਸ ਮੌਲੀ ਤਨਤੀ ਮੌਲਿਆ ਆਕਾਸ ਮੌਲੀ ਤਨਤੀ ਮੌਲਿਆ ਆਕਾਸ ਮੌਲੀ ਤਨਤੀ ਮੌਲਿਆ ਆਕਾਸ ਸ਼ੰਕਰ ਮੌਲਿਓ ਜੋਗ ਧਿਆਨ ਸ਼ੰਕਰ ਸ਼ੰਕਰ ਮੌਲਿਓ ਸ਼ੰਕਰ ਮੌਲਿਓ ਜੋਗ ਧਿਆਨ ਸ਼ੰਕਰ ਮੌਲਿਓ ਜੋਗ ਜੋਗੀ ਧਿਆਨ ਜੋਗੀ ਧਿਆਨ ਜੋਗ ਧਿਆਨ ਸ਼ੰਕਰ ਮੌਲਿਓ 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 ਜੋਗ ਧਿਆਨ ਕਬੀਰ ਗੋਸਵਾਮੀ ਸਭ ਸਮਾਨ ਸ਼ੰਕਰ ਮੌਲਿਓ ਜੋਗ ਧਿਆਨ ਕਬੀਰ ਗੋਸਵਾਮੀ ਸਭ ਸਮਾਨ ਮੌਲੀ ਤਨਤੀ ਮੌਲਿਆ ਆਕਾਸ ਮੌਲੀ ਤਨਤੀ ਮੌਲਿਆ ਆਕਾਸ ਘਟ ਘਟ ਮੌਲਿਆ ਆਤਮ ਪਰਿਗਸ ਘਟ ਘਟ ਮੌਲਿਆ ਆਤਮ ਪਰਿਗਸ ਮੌਲੀ ਤਨਤੀ ਮੌਲੀ ਤਨਤੀ ਮੌਲੀ ਤਨਤੀ ਮੌਲਿਆ ਆਕਾਸ ਆਕਾਸ
ਇਹ ਜਨਮ ਤੁਮਾਰੇ ਲੇਖ ਹੈ, ਇਹ ਜਨਮ ਤੁਮਾਰੇ ਲੇਖ ਹੈ, ਇਹ ਜਨਮ ਤੁਮਾਰੇ ਲੇਖ ਹੈ। ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖ ਹੈ, ਇਹ ਜਨਮ ਤੁਮਾਰੇ ਲੇਖ ਹੈ। ਬਹੁਤ ਜਨਮ ਬਿਛੜੇ ਥੇ ਮਾਧੋ, ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖ ਹੈ, ਇਹ ਜਨਮ ਤੁਮਾਰੇ ਲੇਖ ਹੈ। ਪਤਿਆਰ ਕਿਆ ਕੀਜੈ, ਹਮ ਸਰ ਦੀਨ ਦਿਆਲ ਨਾ ਤੂੰ ਸਰ ਆਪ ਪਤਿਆਰ ਹਮ ਸਰ ਦੀਨ ਦਿਆਲ ਨਾ ਤੂੰ ਸਰ ਆਪ ਪਤਿਆਰ ਕਿਆ ਕੀਜੈ, ਆਪ ਪਤਿਆਰ ਕਿਆ ਕੀਜੈ। ਬਹੁਤ ਜਨਮ ਪਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖ ਹੈ, ਇਹ ਜਨਮ ਤੁਮਾਰੇ ਲੇਖ। ਬਚਿੰਦੀ ਤੋ
बचनी चिर भयो दर्शन
Thank you.
ਸੋ ਹੁਕਮ ਹੋਇਆ ਹੈ ਸੋ ਈਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹਿਲਾ। ਇਹ ਸ਼ਬਦ ਸਰਵਣ ਕਰਾਇਆ ਜਾਵੇ ਇਸ ਤੋਂ ਉਪਰੰਤ ਮਾਟੀ ਕੋ ਪੁੱਤਰਾ ਕੈਸੇ ਨਚਤ ਕੈ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ। ਆਓ ਪਹਿਲਾਂ ਗੁਰਬਾਣੀ ਦਾ ਇਹ ਸ਼ਬਦ ਸਰਵਣ ਕਰੋ। ਆਗੇ ਬਸਨ ਸੁਹੇਲਾ ਆਗੇ ਬਸਨ ਸੁਹੇਲਾ ਬਸਨ ਸੁਹੇਲਾ ਈਹਾ ਖਾਟ ਚਲੋ ਹਰ ਲਾਹਾ ਈਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਆਗੇ ਬਸਨ ਸੁਹੇਲਾ ਆਗੇ ਬਸਨ ਸੁਹੇਲਾ ਆਗੇ ਬਸਨ ਸੁਹੇਲਾ ਈਹਾਂ ਖਾਟ ਚਲੋ ਹਰ ਬਸਨ ਸੁਹੇਲਾ ਅੱਗੇ ਬਸਨ ਸੁਹੇਲਾ ਅੱਗੇ ਬਸਨ ਸੁਹੇਲਾ ਅੱਗੇ ਬਸਨ ਸੁਹੇਲਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਸੰਤ ਟਹਿਲ ਕੀ ਵੇਲਾ ਈਹਾਂ ਖਾਟ ਚਲੋ ਹਰ ਲਾਹਾ ਈਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਆਗੇ ਬਸਨ ਸੁਹੇਲਾ
ਆਕੇ ਬਸਨ ਸੁਹੇਲਾ ਆਕੇ ਬਸਨ ਸੁਹੇਲਾ
ਜਿਸ ਨੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਬਿਖਾ ਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਗਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋ ਫੇਰਾ ਨਿਜ ਘਰ ਮਗਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋ ਫੇਰਾ ਸੁਖੇਲਾ ਆਗੇ ਬਸਨ ਸੁਖੇਲਾ ਆਗੇ ਬਸਨ ਸੁਖੇਲਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਘਾਟ ਚਲੋ ਹਾਰ ਲਗਾ ਇਹਾਂ ਘਾਟ ਚਲੋ ਹਰ ਲਗਾ ਆਗੇ ਬਸਨ ਸੁਖੇਲਾ ਆਗੇ ਬਸਨ ਆਗੇ ਬਸਨ ਸੁਖੇਲਾ ਆਗੇ ਬਸਨ ਸੁਖੇਲਾ ਸਰਦਾ ਮਨ ਕੀ ਪੂਰੇ ਅੰਤਰ ਜਾਮੀ ਅੰਤਰ ਜਾਮੀ ਅੰਤਰ ਜਾਮੀ ਅੰਤਰ ਜਾਮੀ ਅੰਤਰ ਜਾਮੀ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮਾਂਗੇ ਮੋ
को कर संतन की तूरे अंतर जामी पुरख विधाते संता मन की पूरे नानक दास सुख मांगे मुख कर संतन की तूरे इहा काट चलो हर लागा इहा काट चलो हर लागा आगे बसन सुगेला आगे बसन सुगेला आगे बसन सुगेला करो विनंती सुनो मेरे मीता करो विनंती सुनो मेरे मीता संत टगल की बेला इहा का चलो हार लगा इहा का चलो हार लगा आके बसन सुहेला आगे बसन सुगेला आगे बसन सुगेला आगे बसन सुगे आगे बसन बसनु सुगेला आगे बसनु सुगेला आगे बसनु सुगेला आगे बसनु सुगेला आगे बसन सुगेला आगे बसन सुगेला आगे बसन सुगेला
ਗਗਨ ਸਿਰ ਉਪਰ ਮਰਨਾ ਜੋ ਦਿਨ ਆਵੇ ਸੋ ਦਿਨ ਜਾਈ ਜੋ ਦਿਨ ਆਵੇ ਸੋ ਦਿਨ ਜਾਈ ਕਰਨਾ ਕੁਝ ਰਹਿਣ ਤਿਰ ਨਾਹੀ ਕਰਨਾ ਕੁਝ ਰਹਿਣ ਤਿਰ ਨਾਹੀ ਜੋ ਦਿਨ ਆਵੇ ਸੋ ਦਿਨ ਜਾਈ ਜਿਨ ਜਿਉ ਦੀਆ ਸੂਰਜ ਅੰਗਰਾਵੇ ਸਭ ਘਟ ਪੀਤਰ ਹਾਟ ਚਲਾਵੇ ਜਿਨ ਜਿਉ ਦੀਆ ਸੂਰਜ ਅੰਗਰਾਵੇ ਸਭ ਘਟ ਪੀਤਰ ਹਾਟ ਚਲਾਵੇ ਜਿਨ ਜਿਉ ਦੀਆ ਸੂਰਜ ਅੰਗਰਾਵੇ ਸਭ ਘਟ ਪੀਤਰ ਹਾਟ ਚਲਾਵੇ ਸਭ ਘਾ ਭੀਤਰ ਹਾਟ ਚਲਾਵੇ ਸਭ ਘਟ ਭੀਤਰ ਹਾਟ ਚਲਾਵੇ ਜੋ ਦਿਨ ਆਵੇ ਸੋ ਦਿਨ ਜਾਈ ਜੋ ਦਿਨ ਕਰਨਾ ਕੁਝ ਰਹਿਣ ਤਿਰ ਨਾਹੀ ਕਰਨਾ ਕੁਝ ਰਹਿਣ ਤਿਰ ਨਾਹੀ ਜੋ ਦਿਨ ਆਵੇ ਸੋ ਦਿਨ ਕਰ ਬੰਦਗੀ ਛਾਡ ਮੈਂ ਮੇਰਾ ਹਿਰਦੇ ਰੌਲ ਸਮਾਰ ਸਵੇਰਾ ਕਰ ਬੰਦਗੀ ਕਰ ਕਰ ਬੰਦਗੀ ਕਰ ਬੰਦਗੀ ਕਰ ਬੰਦਗੀ ਛਾ ਆ
बंदगी कारी बंदगी छाती में मेरा कर बंदगी शाद में मेरा हृदय राम समार सवेरा कर बंदगी शाद में मेरा समार सवेरा। गुरु रविदास जी महाराज सो इन्हां दे जिन्ने भी शब्द उच्चारण किते हुए ने ते गुरु ग्रंथ साहिब विच जिन्नी भी बाणी है इन्हां दा जो मुख भाव है मुख उपदेश है वो है सिमरन करना। सतगुरु जी तो कह रहे ने कि सास सास सिमरो गोबिंद ये जड़े सवास मिले ने ये वार वार नहीं मिलने ये दिनों दिन कटते जा रहे ने। छिन छिन आओ दे विघात है ये सवास दिनों दिन बीतते जा रहे ने बीतते जा रहे ने खत्म होते जा रहे ने। छिन छिन औद बिहात है फूटे घट ज्यों पानी। सतगुरु जी एक उदाहरण दे के दर्शा रहे ने समझा रहे ने कि एक घड़ा पानी का भरिया होवे उस विच एक छोटा जिना छेक हो जावे ता घड़े का पानी बूंद बूंद करके खत्म हो जाता है घड़ा सखना हो जाता है। ये जो शरीर रूपी घड़ा है जिस विच पानी रूपी सवास ने ए दिनों दिन निकलते जा रहे ने बीतते जा रहे ने ते फिर एक दिन ऐसा समा आ जाता है कि ये घड़ा सखना खाली हो जाता है। ते गुरु रविदास जी महाराज कह रहे ने कर बंदगी छाड़ मैं मेरा तेरे अंदर जड़ी खौमे है हंकार है इसनो बाहर कर दे त्याग दे। कर बंदगी छाड़ मैं मेरा ते अपने हृदय विच राम नाम दा नाम वसा ले। सिमरो सिमर सिमर सुख पाव जिन्ना सिमरन करेगा उन्ना सतगुरु जी तेनु सुख बख्शिश कर बंदगी छाद मैं मेरा हृदय समार सवेरा कर बंदगी शाद मैं मेरा हृदय समार सवेरा हृदयरा समार सवेरा हृदय राम समार सवेरा जो दिन आवे सो दिन जागी जो दिन आवे
दिन जाही करना कूट रहन थीरना करना कूट रहन थीरनागी जो दिन आवे सो दिन जाही रविदास निदान दीवाने चेतना दुनिया पंखाने कहे रविदास निदान दीवाने चेत सुनागी दुनिया पंखाने कहे रविदास निदान दीवाने चेत सुनागी दुनिया पंखाने चेत नहीं दुनिया पंखाने चेत सुनाही दुनिया पंखाने जो दिन आवे सो दिन जागी जो जो दिन आवे सो दिन जागी जो दिन आवे सो दिन जागी करना कुछ रहन थीरनागी करना जो दिन आवे सो दिन जाही जेड़ा दिन चढ़ गया उस दिन ने खत्म हो जाना है रात पै जानी जो दिन आवे सो दिन जाए जिस आसन हम बैठे कि जिस धरती ते जिस संसार विच असी विचर रहे हैं इस संसार विच पता नहीं किन्ने मानुख आए ते चले गए जो आया सो चलसी सब कोई आई वारी ये जो वारी है ये सब नाते आउनी
ਸਭਨਾ ਸਹੁਰੇ ਵੰਜਣਾ ਸਭ ਮੁਕਲਾ ਵਣਹਾਰ। ਉਸ ਮੌਤ ਰੂਪੀ ਲਾੜੇ ਨੇ ਆਉਣਾ ਹੈ ਤੇ ਸਭਨਾ ਨੂੰ ਪਰਣਾ ਕੇ ਲੈ ਜਾਣਾ। ਤੇ ਇਸ ਸੰਸਾਰ ਤੋਂ ਸੁਰਖਰੂ ਉਹ ਮਨੁੱਖ ਜਾਂਦੇ ਨੇ, ਉਹ ਵਿਅਕਤੀ ਜਾਂਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਦਾ ਨਾਮ ਹੈ, ਵਾਹਿਗੁਰੂ ਦਾ ਨਾਮ ਹੈ, ਜਿਹੜੇ ਸਿਮਰਨ ਕਰਦੇ ਨੇ। ਇਹ ਜੋ ਸੰਸਾਰਿਕ ਮਾਇਆ ਹੈ ਇਹ ਸਭ ਇੱਥੇ ਰਹਿ ਜਾਣੀ ਹੈ। ਸੰਸਾਰ ਦੀ ਕੋਈ ਵੀ ਚੀਜ਼ ਮਨੁੱਖ ਦੇ ਲਾਲ ਨਹੀਂ ਜਾਣੀ। ਧਨ ਦੌਲਤ ਜ਼ਮੀਨ ਜਾਇਦਾਦ ਸਭ ਇੱਥੇ ਰਹਿ ਜਾਣੀ ਹੈ ਤੇ ਨਾਲ ਕੀ ਜਾਣਾ ਹੈ ਬੰਦਗੀ ਪਰਮੇਸ਼ਰ ਦਾ ਨਾਮ। ਉਹ ਪਰਮੇਸ਼ਰ ਜਿਸ ਨੇ ਇਹ ਸੰਸਾਰ ਬਣਾਇਆ ਹੈ, ਇਹ ਧਰਤੀ ਬਣਾਈ ਹੈ, ਇਸ ਧਰਤੀ ਦੇ ਥੱਲੇ ਹੋਰ ਲੱਖਾਂ ਧਰਤੀਆਂ ਨੇ, ਲੱਖਾਂ ਪਤਾਲ ਨੇ, ਲੱਖਾਂ ਆਕਾਸ਼ ਨੇ, ਉਹਨਾਂ ਵਿੱਚ ਵੀ ਲੋਕ ਵਸ ਰਹੇ ਨੇ। ਪਾਤਾਲਾਂ ਪਾਤਾਲ ਲੱਖ, ਆਕਾਸ਼ਾਂ ਆਕਾਸ਼, ਲੱਖਾਂ ਪਤਾਲ ਨੇ, ਲੱਖਾਂ ਧਰਤੀਆਂ ਨੇ, ਲੱਖਾਂ ਆਕਾਸ਼ ਨੇ। ਤੇ ਲੇਕਿਨ ਇਸ ਦਾ ਜੋ ਮਾਲਕ ਹੈ ਉਹ ਇੱਕ ਪਰਮੇਸ਼ਰ ਹੈ, ਇੱਕ ਅਕਾਲ ਪੁਰਖ ਹੈ, ਜਿਸ ਨੂੰ ਸੰਸਾਰ ਦੇ ਵਿੱਚ ਵੱਖ ਵੱਖ ਨਾਵਾਂ ਦੇ ਨਾਲ ਬੁਲਾਇਆ ਜਾਂਦਾ ਹੈ, ਪੁਕਾਰਿਆ ਜਾਂਦਾ ਹੈ। ਕੋਈ ਰਾਮ ਆਖ ਰਿਹਾ ਹੈ, ਕੋਈ ਅੱਲਾ ਆਖ ਰਿਹਾ ਹੈ, ਕੋਈ ਵਾਹਿਗੁਰੂ ਆਖ ਰਿਹਾ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾ। ਉਸ ਪਰਮਾਤਮਾ ਦੇ ਅਨੇਕਾਂ ਹੀ ਰੂਪ ਨੇ, ਕੋਈ ਨਹੀਂ ਪਤਾ ਕਿ ਕਿਸ ਰੂਪ ਦੇ ਵਿੱਚ ਉਹ ਸਾਡੇ ਸਾਹਮਣੇ ਆ ਜਾਵੇ, ਲੇਕਿਨ ਸਾਡੇ ਕੋਲ ਉਹ ਅੱਖ ਨਹੀਂ ਉਸ ਦੀ ਪਹਿਚਾਣ ਕਰਨ ਵਾਲੀ। ਉਸ ਪਰਮਾਤਮਾ ਦੇ ਇੰਨੇ ਗੁਣ ਨੇ ਜਿਹੜੇ ਇਸ ਛੋਟੀ ਜਿਹੀ ਰਸਨਾ ਦੇ ਨਾਲ ਆਖੇ ਨਹੀਂ ਜਾ ਸਕਦੇ, ਬਿਆਨ ਕੀਤੇ ਨਹੀਂ ਜਾ ਸਕਦੇ। ਤਉ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਆਪਾਂ ਗੱਲ ਕਰ ਰਹੇ ਹਾਂ ਜੋ ਦਿਨ ਆਵੇ ਸੋ ਦਿਨ ਜਾਏ, ਕਿ ਜਿਹੜਾ ਦਿਨ ਚੜ ਗਿਆ ਹੈ ਉਸਨੇ ਬਤੀਤ ਹੋਣਾ ਹੈ, ਖਤਮ ਹੋਣਾ ਹੈ। ਇਹ ਜੋ ਜੀਵਨ ਮਿਲਿਆ ਹੈ ਇਸ ਜੀਵਨ ਨੇ ਇੱਕ ਦਿਨ ਖਤਮ ਹੋ ਜਾਣਾ ਹੈ। ਜੋ ਦਿਨ ਸੋ ਦਿਨ ਜਾਗੀ, ਜੋ ਦਿਨ ਆਵੇ ਸੋ ਦਿਨ ਜਾਗੀ, ਕਦੀ ਨਾ ਕੂਤ ਰਹਿਣ ਤਿਰਨਾਗੀ, ਕਦੀ ਨਾ ਕੂਤ ਰਹਿਣ ਤੀਰ ਨਾਗੀ। ਜੋ ਦਿਨ ਆਵੇ ਸੋ ਦਿਨ ਜਾਗੀ, ਸੰਗ ਚਲਤ ਹੈ ਸਾਡੇ ਕਈ ਸੰਗੀ, ਸਾਡੇ ਵੇਖਦਿਆਂ ਵੇਖਦਿਆਂ ਤੁਰ ਗਏ ਚਲੇ। ਕਈ ਵਾਰ ਆਪਾਂ ਸੁਣਦੇ ਹਾਂ ਕਿ ਫਲਾਣੇ ਦੀ ਮੌਤ ਹੋ ਗਈ ਹੈ, ਫਲਾਣਾ ਚੱਲ ਵਸਿਆ। ਸੰਗ ਚਲਤ ਹੈ,
ਸਾਡੇ ਵੇਖਦਿਆਂ ਵੇਖਦਿਆਂ ਸਾਡੇ ਸੰਗੀ ਬੇਲੀ ਰਿਸ਼ਤੇਦਾਰ ਕਈ ਚਲੇ ਗਏ। ਸੰਗ ਚਲਤ ਹੈ ਹਮ ਭੀ ਚਲਣਾ, ਤੇ ਸੰਸਾਰ ਤੋਂ ਅਸੀਂ ਵੀ ਚਲੇ ਜਾਣਾ ਹੈ। ਸਤਿਗੁਰ ਜੀ ਵਾਰ ਵਾਰ ਚੇਤਾਵਨੀ ਦੇ ਰਹੇ ਨੇ ਕਿ ਸਿਮਰਨ ਕਰ ਲਓ। ਨਾਨਕ ਭੌਜਲ ਪਾਰ ਪਰੇ ਜੋ ਗਾਵੀ ਪ੍ਰਭ ਕੇ ਗੀਤ, ਜਿਹੜਾ ਪ੍ਰਭੂ ਦੇ ਗੀਤ ਗਾਉਂਦਾ ਹੈ, ਸਿਫਤ ਸਲਾਘਾ ਕਰਦਾ ਹੈ, ਪਾਠ ਕਰਦਾ ਹੈ, ਜਾਪ ਕਰਦਾ ਹੈ, ਆਪਣੇ ਪਰਮੇਸ਼ਰ ਨੂੰ ਯਾਦ ਕਰਦਾ ਹੈ, ਉਸ ਦਾ ਚਿੰਤਨ ਕਰਦਾ ਹੈ, ਨਾਨਕ ਭੌਜਲ ਇਹ ਜੋ ਸੰਸਾਰ ਸਮੁੰਦਰ ਹੈ, ਸਤਿਗੁਰੂ ਜੀ ਆਪ ਉਸਦੀ ਬਾਂਹ ਫੜ ਕੇ ਇਸ ਸੰਸਾਰ ਸਮੁੰਦਰ ਤੋਂ ਕਿਨਾਰੇ ਤੇ ਲਾ ਦਿੰਦੇ ਨੇ। ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ, ਜਿਹੜੇ ਵੀ ਸਿਮਰਨ ਕਰਦੇ ਨੇ ਉਹਨਾਂ ਦੀ ਰੱਖਿਆ ਪਰਮੇਸ਼ਰ ਆਪ ਕਰਦਾ ਹੈ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਰਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਉਹ ਆਪਣੇ ਸੇਵਕਾਂ ਦੀ ਬਾਂਹ ਸਤਿਗੁਰ ਆਪ ਫੜ ਲੈਂਦਾ। ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸਿਰ ਉਪਰ ਮਰਨਾ, ਕਿਆ ਤੂੰ ਸੋਇਆ ਜਾਗਿਆ ਨਾ, ਤੈ ਜੀਵਨ ਜਗ ਸਚ ਕਰ ਜਾਣਾ। ਗੁਰੂ ਰਵਿਦਾਸ ਜੀ ਮਹਾਰਾਜ ਸੁੱਤੇ ਹੋਏ ਮਨੁੱਖ ਨੂੰ ਜਗਾ ਰਹੇ ਨੇ ਕਿ ਸੰਸਾਰ ਦੇ ਵਿੱਚ ਆ ਕੇ ਸੰਸਾਰਕ ਚੀਜ਼ਾਂ ਵੇਖ ਕੇ ਤੂੰ ਸੌਂ ਗਿਆ ਹੈ। ਇਹ ਜੋ ਜੀਵਨ ਮਿਲਿਆ ਹੈ ਤੂੰ ਇਹ ਸਮਝ ਰਿਹਾ ਹੈ ਕਿ ਮੈਂ ਪੱਕਿਆਂ ਤੌਰ ਤੇ ਸੰਸਾਰ ਵਿੱਚ ਰਹਿਣਾ ਹੈ। ਮਾਇਆ ਇਕੱਠੀ ਕਰ ਰਿਹਾ ਤੇ ਇਸ ਜੀਵਨ ਨੂੰ ਸੱਚਾ ਮੰਨ ਲਿਆ ਹੈ ਕਿ ਮੈਂ ਤਾਂ ਸੰਸਾਰ ਵਿੱਚ ਪੱਕਿਆਂ ਤੌਰ ਤੇ ਰਹਿਣਾ ਹੈ, ਇੱਥੋਂ ਨਹੀਂ ਜਾਣਾ। ਤੇ ਸਤਿਗੁਰ ਜੀ ਕੀ ਕਹਿ ਰਹੇ ਨੇ, ਜੋ ਉਪਜਿਓ ਸੋ ਬਿਨਸ ਹੈ। ਉਪਜੋ ਦਾ ਅਰਥ ਹੈ ਜਿਹੜੀ ਚੀਜ਼ ਪੈਦਾ ਹੋਈ ਹੈ ਸੰਸਾਰ ਵਿੱਚ ਆ ਗਈ। ਸੋ ਬਿਨਸ ਹੈ, ਬਿਨਸ ਦਾ ਅਰਥ ਹੈ ਨਾਸ਼ ਹੋ ਜਾਣਾ, ਖਤਮ ਹੋ ਜਾਣਾ। ਜੋ ਉਪਜਿਓ ਸੋ ਬਿਨਸ ਹੈ, ਸੰਸਾਰ ਦੇ ਵਿੱਚ ਜਿਹੜੀ ਵੀ ਚੀਜ਼ ਆਪਾਂ ਵੇਖ ਰਹੇ ਹਾਂ ਉਹ ਬਿਨਸਨ ਹਾਲ ਹੈ। ਪਰੋ ਆਜ ਕੇ ਕਾਲ, ਅੱਜ ਜਾਂ ਕੱਲ ਨੂੰ ਉਸਨੇ ਕਾਲ ਗ੍ਰਸ ਹੋ ਜਾਣਾ ਹੈ, ਕਾਲ ਦੇ ਵਸ ਪੈ ਜਾਣਾ ਹੈ। ਨਾਨਕ ਹਰ ਗੁਣ ਗਾਏ ਲੈ, ਵਾਰ ਵਾਰ ਹਰ ਸ਼ਬਦ ਦੇ ਵਿੱਚ ਸਤਿਗੁਰੂ ਜੀ ਕਹਿ ਰਹੇ ਨੇ ਕਿ ਸਿਮਰਨ ਕਰ ਲਓ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਕੱਲੂ ਕਹਿੰਦੇ ਨੇ ਕੱਲ ਯੁਗ ਨੂੰ, ਕੱਲ ਯੁਗ ਦਾ ਸਮਾਂ, ਕਿ ਹੁਣ ਕੱਲ ਯੁਗ ਦਾ ਸਮਾਂ ਆ ਗਿਆ ਹੈ, ਨਾਮ ਦਾ ਬੀਜ ਬੀਜ ਲਓ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਕਿਆ ਤੂੰ ਸੋਇਆ ਜਾਗ ਜਾਂ ਨਾ, ਤੈ ਜੀਵਨ ਜਗ ਸਚ ਕਰ ਜਾਣਾ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣ।
ਇਹ ਦਿਨ ਨੇ, ਇਹ ਸਮਾਂ ਹੈ ਤੇਰਾ ਸਿਮਰਨ ਕਰਨ ਦਾ। ਕਿਆ ਤੂੰ ਸੋਇਆ ਜਾਗ ਯਾ ਨਾ, ਤੈ ਜੀਵਨ ਜਗ ਸੱਚ ਕਰ ਜਾਣਾ। ਕਿਆ ਤੂੰ ਸੋਇਆ ਜਾਗ ਯਾ ਨਾ, ਜੀਵਨ ਜਗ ਸੱਚ ਕਰ ਜਾਣਾ, ਤੈ ਜੀਵਨ ਜਗ ਸੱਚ ਕਰ ਜਾਣਾ, ਤੈ ਜੀਵਨ ਜਗ ਸੱਚ ਕਰ ਜਾਣਾ। ਜੋ ਦਿਨ ਆਵੇ ਸੋ ਦਿਨ ਜਾਗੀ, ਜੋ ਦਿਨ ਆਵੇ ਸੋ ਦਿਨ ਜਾਗੀ। ਕਰਨਾ ਕੁਛ ਰਹਿਣ ਥਿਰ ਨਾਹੀ, ਕਰਨਾ ਕੁਛ ਰਹਿਣ ਥਿਰ ਨਾਹੀ। ਜੋ ਦਿਨ ਆਵੇ ਸੋ ਦਿਨ ਜਾਗੀ, ਜੋ ਦਿਨ ਆਵੇ ਸੋ ਦਿਨ ਜਾਗੀ। ਜਿਨ ਜਿਓ ਦੀਆ ਸੂਰਜ ਅੰਬਰਾਵੇ, ਸਭ ਘਟ ਪੀਤਰ ਹਾਥ ਚਲਾਵੇ। ਜਿਨ ਜਿਓ ਦੀਆ ਸੂਰਜ ਕੰਬਰਾਵੇ, ਸਭ ਘਟ ਪੀਤਰ ਹਾਥ ਚਲਾਵੇ। ਜਿਨ ਜਿਨ ਜਿਓ ਜਿਨ ਅੰਬਰਾਵੇ, ਸਭ ਘਟ ਪੀਤਰ ਹਾਥ ਚਲਾਵੇ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤ ਸੁਨਾਹੀ ਦੁਨੀਆ ਪੰਖਾਨੇ। ਚੇਤ ਸੁਨਾਹੀ ਦੁਨੀਆ ਪੰਖਾਨੇ, ਚੇਤ ਸੁਨਾਹੀ ਦੁਨੀਆ ਪੰਖਾਨੇ। ਜੋ ਦਿਨ ਆਵੇ ਸੋ ਦਿਨ ਜਾਗੀ, ਕਰਨਾ ਕੁਛ ਰਹਿਣ।
ਜੋ ਦਿਨ ਆਵੇ ਸੋ ਦਿਨ ਜਾਵੀ, ਸੋ ਦਿਨ ਜਾਵੀ, ਸੋ ਦਿਨ ਜਾਵੀ। ਹੁਕਮ ਹੋਇਆ ਹੈ ਮਾਟੀ ਕੋ ਪੁੱਤਰਾ ਕੈਸੀ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ। ਇਸ ਤੋਂ ਉਪਰੰਤ ਸੋ ਪੰਜਾਬ ਦੇ ਰਫੀ ਸਰਦਾਰ ਰਛਪਾਲ ਸਿੰਘ ਜੀ ਪਾਲ, ਜੋ ਅਗਲਾ ਪ੍ਰੋਗਰਾਮ ਹੈ ਉਹ ਆਪ ਜੀ ਨੂੰ ਵਿਸਥਾਰ ਪੂਰਵਕ ਦੱਸਣਗੇ। ਆਓ ਅਖੀਰ ਵਿੱਚ ਇਹ ਸ਼ਬਦ ਸਰਵਣ ਕਰੋ। ਜਬ ਕਿਛ ਪਾਵੇ ਤਬ ਗਰਬ ਕਰਤ ਹੈ, ਜਬ ਕਿਛ ਪਾਵੇ ਤਬ ਗਰਬ ਕਰਤ ਹੈ। ਮਾਇਆ ਗਈ ਤਬ ਰੋਵਨ ਲਗਤ ਹੈ, ਜਬ ਕਿਛ ਪਾਵੇ ਤਬ ਗਰਬ ਕਰਤ ਹੈ। ਮਾਇਆ ਗਈ ਤਬ ਰੋਵਨ ਲਗਤ ਹੈ, ਦੌਰਿਓ ਪੀਰਤ ਹੈ ਕੈਸੇ ਨਚਤ ਹੈ। ਮਾਟੀ ਕੋ ਤੇਰਾ ਕੈਸੇ ਨਚਤ ਹੈ, ਮਾਟੀ ਕੋ ਤੇਰਾ ਕੈਸੇ ਨਚਤ ਹੈ। ਬਚ ਕਰ
रस कस गए लुभाना मन बच कर रस कस गए लुभाना बिनस गया जाए कहू समाना मन बच कर्म रस कस गए लुभाना बिनस गया जा कहू समाना दौड़ो पीरते है कैसे नजत है माटी कुप तेरा कैसे नजत है माटी कुप तेरा कैसे नजत है रविदास बाकी जग भाई कह रविदास बाकी जग भाई बाजी गर सोम प्रीत बनिया कह रविदास बाजी जग भाई बाजी कर सो मोगे प्रीत बन आई दौड़ो पीरते है कैसे नचत है माटी कुप तेरा कैसे नचत है माटी कुप तेरा कैसे नचत है देखे देखे सुने बोले देखे देखे सुने बोले दौड़ो पीरते है कैसे नचत है माटी कुप तेरा कैसे नचत है माटी कुप तेरा कैसे नचत है माटी 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 कुआं माटी कुप तेरा कैसी नचत है नचत है नचत है माटी कुप तेरा कैसे नचत है दिखे दिखे सुने बोले दिखे दिखे सुने बोले दौड़ो पीरते है कैसे नचत है
माटी को तेरा कैसी नचत है, कैसी नचत है, कैसी नचत है। सो इतनी सेवा प्रवान करनी, सो कीर्तन कर दिया दासा कोलो अनेक अनेक प्रकार दिया गलतियां भुला हो गया हुण गया, क्योंकि संसार दे विच जेड़ा भी मनुख विचर रहा है वो भुलनहार है। भुलन अंदर सब को अपुल गुरु करता। सतगुरु जी ते सतगुर दी साध संगत बख्शनहार है, बख्श लेना। सो दस परसों ही गोवा तो आए ने सरदार रशपाल सिंह जी पाल, जो पंजाब दे रफी ने, इन्हों का फोन आया कि आप जी ने इत्थे कीर्तन जरूर करना है। सो परसों ही दास इत्थे पहुंचे ने, आप जी दे दर्शन किए ने, बहुत मन प्रसन्न होया है। हुण सरदार रशपाल सिंह जी पाल जो अगला प्रोग्राम है वो आप जी नूं विस्तार पूर्वक दसन के। सरदार रशपाल सिंह जी पाल, सारी गज बज की फतेह बुलाओ। वाहिगुरु जी का खालसा, वाहिगुरु जी की फतेह। हेलो, गुरु ग्रंथ साहब महाराज की हजूरी च विराजमान गुरु रूपी सात संगत, आओ एक बार गज के फतेह बुलाओ। कोई रसना खाली ना रहे, वाहेगुरु जी का खालसा, वाहेगुरु जी की फतेह। अज असी सारे उस महान शख्सियत मास्टर गुरबंता सिंह जी, जेड़े साढ़े कोलों बहुत साल होए सदा लई विछड़ गए, भाई साहब कीर्तन करदियां कह रहे सन, उन्होंने अपने कीर्तन द्वारा उन्होंने शब्द रूपी श्रद्धांजलि भेंट की है। ईहा खाट चलो हर लाहा, आगै बसन सुहेला। अगा जेड़ा ओदा ही वधिया हुंदा है जेड़ा इस दुनिया दे विच धर्म कर्म दे कम करदा है। गुरु ग्रंथ साहब च गुरु साहब उचारदे ने, सच्चे मार्ग चलदियां उस्तत करे जहान। जे तुसी सच्चे मार्ग ते चलदे हो तो सारी दुनिया जिहड़ी है उहदी शलाघा दे पात्र बणदे हो। मास्टर गुरबंता सिंह जी ने अपनी सारी जिंदगी जिहड़े डाउन ट्रोडन है लताड़ियो ने, और नीवें समाज की जिनी सेवा की उन्होंने, वो अखरों के विच बयानी नहीं जा सकती। एक दृढ़ इरादे की शख्सियत सन वह, कई बार वक्त आए उन्होंने डलाउण की भी कोशिश की, लेकिन मास्टर गुरबंता सिंह जी एक सिल की तरह एक जगह खड़े रहे। इस लई अज दा ये विशाल इकट्ठ किन्नी भारी गिणती दे विच संगत इत्थे आई है, उन्होंने अपने श्रद्धा के फुल भेंट करन लई अज 38वीं बरसी मनाउण लई आपां इत्थे एकत्रित होए आ। और उन्हां दे सहयोग सुपुत्र मास्टर गुरबंता सिंह जी दे स्वर्गवासी चौधरी जगजीत सिंह जी, जिहड़े लोकल बॉडी दे मिनिस्टर रहे, और उन्हां दे दूजे भ्राता जिन्हां ने हिंदुस्तान दी पार्लीमेंट दे विच जा के, मैं कई बार कहा करदा 125 करोड़ का मुल्क है, 543 मैंबर पार्लीमेंट है सिर्फ लोग सभा दे, किन्ने लख बंदे ने चुन के एक MP नूं भेजना हुंदा है, उत्थे जा के
ਉਹਨਾਂ ਦੇ ਸਹਿਯੋਗ ਸਪੁੱਤਰ ਚੌਧਰੀ ਸੰਤੋਖ ਸਿੰਘ ਜੀ ਜਿਹੜੇ ਸਾਡੇ ਮੌਜੂਦਾ ਮੈਂਬਰ ਪਾਰਲੀਮੈਂਟ ਲੋਕ ਸਭਾ ਨੇ ਜਲੰਧਰ ਹਲਕੇ ਦੇ, ਉਹਨਾਂ ਨੇ ਜਿੱਥੇ ਮਾਸਟਰ ਜੀ ਦਾ ਨਾਂ ਉੱਚਾ ਕੀਤਾ ਉੱਥੇ ਸਾਡੇ ਜਲੰਧਰ ਦਾ ਬੜਾ ਵੱਡਾ ਨਾਂ ਸਾਰੀ ਦੁਨੀਆ 'ਚ ਉੱਚਾ ਕੀਤਾ। ਉਹਨਾਂ ਦੇ ਤੀਸਰੇ ਸਪੁੱਤਰ ਸਵਰਗਵਾਸੀ ਸਰਦਾਰ ਬਲਬੀਰ ਸਿੰਘ ਜੀ ਔਰ ਉਹਨਾਂ ਦੇ ਚੌਥੇ ਸਪੁੱਤਰ ਸਰਦਾਰ ਰਵਿੰਦਰ ਸਿੰਘ ਪਵਾਰ, ਇਹ ਸਾਰਾ ਪਰਿਵਾਰ ਮਾਸਟਰ ਜੀ ਦੀ ਸਿੱਖਿਆ ਅਨੁਸਾਰ ਜਿਸ ਤਰ੍ਹਾਂ ਸਮਾਜ ਲਈ ਲੋੜਵੰਦਾਂ ਲਈ ਰਾਤ ਦਿਨ ਇੱਕ ਕਰ ਰਿਹਾ ਉਹਦੀ ਸ਼ਲਾਘਾ ਆਪਾਂ ਸਾਰੇ ਕਰਦੇ ਹਾਂ। ਮੈਂ ਜ਼ਿਆਦਾ ਕੁਛ ਨਾ ਕਹਿੰਦਿਆਂ ਹੋਇਆਂ ਬਾਕੀ ਮੈਂ ਖਿਆਲਾਤ ਤੁਹਾਡੇ ਨਾਲ ਗਾਹੇ ਬਗਾਹੇ ਸਾਂਝਾ ਕਰਦਾ ਰਹਾਂਗਾ ਕਿਉਂਕਿ ਵਕਤ ਜਿਹੜਾ ਇਹ ਇਹਦਾ ਜ਼ਰੂਰ ਸਤਿਕਾਰ ਕਰਨਾ ਚਾਹੀਦਾ, ਤਾਂ ਹੀ ਉਹ ਵਕਤ ਤੁਹਾਡਾ ਸਤਿਕਾਰ ਕਰਦਾ। ਸਾਡੇ 'ਚ ਰਾਣਾ ਕੇ ਪੀ ਸਿੰਘ ਜੀ ਬਹੁਤ ਅੱਛੇ ਬੋਲਣ ਵਾਲੇ ਔਰ ਬਹੁਤ ਦਾਨਿਸ਼ਵਰ ਇਨਸਾਨ, ਸਪੀਕਰ ਪੰਜਾਬ ਵਿਧਾਨ ਸਭਾ, ਉਹ ਸਾਡੇ ਦਰਮਿਆਨ ਪਹੁੰਚੇ ਨੇ ਮਾਸਟਰ ਗੁਰਬੰਤਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ। MLA ਸਾਹਿਬਾਨ ਵੀ ਆਏ ਆ, ਮੈਂ ਉਹਨਾਂ ਦਾ ਜ਼ਿਕਰ ਕਰਾਂਗਾ ਬਾਅਦ 'ਚ। ਔਰ ਸਾਡੇ ਦਰਮਿਆਨ ਦੀਗਰ ਅਫਸਰਾਨ ਸਾਡੇ ਇਸ ਜ਼ਿਲ੍ਹੇ ਦੇ, ਸਾਡੇ ਇਸ ਜ਼ੋਨ ਦੇ ਮਾਨਯੋਗ IG ਸਾਹਿਬ ਸ਼੍ਰੀ ਅਰਪਿਤ ਸ਼ੁਕਲਾ ਜੀ, ਉਹ ਸੰਗਤ ਦੇ ਵਿੱਚ ਬਿਰਾਜਮਾਨ ਹੈ। ਸਾਡੇ ਹਰਮਨ ਪਿਆਰੇ ਔਰ ਕਾਮਯਾਬ ਮੈਂ ਕਹਿ ਸਕਦਾ ਰਾਣਾ KP ਸਿੰਘ ਜੀ, ਸਾਡੇ ਡਿਪਟੀ ਕਮਿਸ਼ਨਰ ਜਿਹੜੇ ਤੁਸੀਂ ਸਾਨੂੰ ਦਿੱਤੇ ਹੈ ਵਰਿੰਦਰ ਕੁਮਾਰ ਸ਼ਰਮਾ ਜੀ IAS, ਉਹ ਵੀ ਸੰਘ 'ਚ ਬੈਠੇ ਹੈ। ਔਰ SSP ਦਿਹਾਤੀ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ, ਜਿਨ੍ਹਾਂ ਦੇ ਪਿਤਾ ਜੀ ਸਰਦਾਰ ਗੁਰਕਬਾਲ ਸਿੰਘ ਭੁੱਲਰ ਜੀ ਨੇ ਵੀ ਇਸ ਜਲੰਧਰ ਜ਼ਿਲ੍ਹੇ ਦੀ ਬਹੁਤ ਸੇਵਾ ਕੀਤੀ, ਅੱਜ ਤਾਈਂ ਸਾਨੂੰ ਯਾਦ ਹੈ ਸਾਰਿਆਂ ਨੂੰ, ਉਹ ਵੀ ਸਾਡੇ ਦਰਮਿਆਨ ਬੈਠੇ ਹੈ। ADC ਸਾਡੇ ਜਨਰਲ ਸਰਦਾਰ ਜਸਵੀਰ ਸਿੰਘ ਜੀ, ਉਹ ਵੀ ਸੰਗਤ ਦੇ ਵਿੱਚ ਬਿਰਾਜਮਾਨ ਹੈ। ਆਈਆਂ ਬਹੁਤ ਹੀ ਸ਼ਖਸੀਅਤਾਂ, ਤੁਸੀਂ ਜਿੰਨਾ ਵਕਤ ਕੱਢ ਕੇ ਇੱਥੇ ਆਏ ਹੈ ਅੱਜ ਦੇ ਇਸ ਰੁਝੇਵਿਆਂ ਭਰੇ ਮੌਕੇ 'ਤੇ, ਤਾਂ ਤੁਸੀਂ ਮਾਸਟਰ ਗੁਰਬੰਤਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਹੋ। ਔਰ ਮਾਸਟਰ ਗੁਰਬੰਤਾ ਸਿੰਘ ਜੀ ਦੇ ਪੋਤਰੇ ਮਾਨਯੋਗ ਚੌਧਰੀ ਸੁਰਿੰਦਰ ਸਿੰਘ ਜੀ, ਜਿਨ੍ਹਾਂ ਨੂੰ ਤੁਸੀਂ ਕਰਤਾਰਪੁਰ ਹਲਕੇ ਤੋਂ MLA ਬਣਾਇਆ ਇਸ ਵਾਰ, ਉਹ ਵੀ ਸੰਘ 'ਚ ਬਿਰਾਜਮਾਨ ਹੈ। ਉਹਨਾਂ ਦੇ ਦੂਸਰੇ ਪੋਤੇ ਸਰਦਾਰ ਬਿਕਰਮਜੀਤ ਸਿੰਘ ਚੌਧਰੀ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਇਲੈਕਟਡ ਪ੍ਰਧਾਨ ਸੀ, ਇਹ ਕੋਈ ਥੋਪਿਓ ਨਹੀਂ ਸੀ। ਉਹਨਾਂ ਨੇ ਜੋ ਪੰਜਾਬ ਦੀ ਸੇਵਾ ਕੀਤੀ ਬਿਕਰਮਜੀਤ ਸਿੰਘ ਨੇ, ਉਹ ਵੀ ਆਪਣੇ ਆਪ 'ਚ ਇੱਕ ਮਿਸਾਲ ਹੈ। ਔਰ ਸਾਡੀ ਭੈਣ ਮਿਸਿਜ਼ ਚੌਧਰੀ ਸੰਤੋਖ ਸਿੰਘ, ਭੈਣ ਕਰਮਜੀਤ ਕੌਰ ਜੀ, ਰਿਟਾਇਰਡ DPI ਪੰਜਾਬ, ਉਹ ਵੀ ਬੈਠੇ ਹੈ। ਭੈਣ ਵਰਿੰਦਰ ਕੌਰ ਜੀ ਜਿਹੜੇ ਚੌਧਰੀ ਸੁਰਿੰਦਰ ਸਿੰਘ ਜੀ ਦੇ ਮਿਸਿਜ਼, ਹੋਰ ਪਤਵੰਤੇ ਸੱਜਣ ਸਾਡੀਆਂ ਭੈਣਾਂ ਬੈਠੀਆਂ, ਭੈਣ ਸੁਰਜੀਤ ਕੌਰ ਜੀ, ਭੈਣ ਕੌਸ਼ਲ ਜੀ, ਰਕੇਸ਼ ਪਵਾਰ ਜੀ, ਸਾਰਾ ਪਰਿਵਾਰ ਰਲ ਕੇ ਅੱਜ ਮਾਸਟਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ। ਤੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਚੌਧਰੀ ਸੁਰਿੰਦਰ ਸਿੰਘ ਜੀ MLA ਕਰਤਾਰਪੁਰ, ਉਹ ਆਉਣ ਔਰ ਆ ਕੇ ਆਪਣੇ ਬਾਬਾ ਜੀ ਨੂੰ, ਪਿਆਰੇ ਦਾਦਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ। ਚੌਧਰੀ ਸੁਰਿੰਦਰ ਸਿੰਘ ਜੀ MLA ਕਰਤਾਰਪੁਰ। ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇਕੱਠੀ ਹੋਈ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਆਪਣੇ ਬਹੁਤ ਹੀ ਸਤਿਕਾਰਯੋਗ ਮੇਰੇ ਬਾਬਾ ਜੀ ਮਾਸਟਰ ਗੁਰਬੰਤਾ ਸਿੰਘ ਜੀ ਦੀ 38ਵੀਂ ਬਰਸੀ ਆਪਾਂ ਸਾਰੇ ਮਨਾ ਰਹੇ ਹਾਂ, ਔਰ ਮੈਨੂੰ ਇਸ ਗੱਲ ਦਾ ਬੜਾ ਮਾਣ ਪ੍ਰਾਪਤ ਹੈ ਕਿ ਮੈਂ ਹਮੇਸ਼ਾ ਆਪਣੇ ਬਾਬਾ ਜੀ ਦੇ ਨਾਲ ਛੋਟੇ ਹੁੰਦੇ ਤੋਂ ਲੈ ਕੇ ਯੂਨੀਵਰਸਿਟੀ ਤੱਕ ਮੈਂ ਉਹਨਾਂ ਦੇ ਨਾਲ ਹੀ ਰਿਹਾ, ਔਰ ਆਪਣੀ ਸਕੂਲਿੰਗ ਚੰਡੀਗੜ੍ਹ ਦੇ ਵਿੱਚ ਜਦੋਂ ਪਹਿਲਾਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਜੀ ਦੀ ਵਜ਼ਾਰਤ ਵਿੱਚ ਸੀਗੇ, ਐਗਰੀਕਲਚਰ ਮਿਨਿਸਟਰ ਸੀਗੇ, ਤਾਂ ਉਦੋਂ ਮੈਂ ਆਪਣੇ ਸਕੂਲ ਦੇ ਵਿੱਚ ਉਹਨਾਂ ਦੇ ਕੋਲ ਰਹਿ ਕੇ ਸਕੂਲਿੰਗ ਕੀਤੀ, ਔਰ ਉਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਵੀ ਜਦੋਂ ਗਿਆਨੀ ਜੈਲ ਸਿੰਘ ਜੀ ਦੀ ਗਵਰਨਮੈਂਟ ਦੇ ਵਿੱਚ ਉਹ ਮਿਨਿਸਟਰ ਸੀ, ਤਾਂ ਆਪਣੀ ਯੂਨੀਵਰਸਿਟੀ ਔਰ ਕਾਲਜ ਦੀ ਪੜ੍ਹਾਈ ਵੀ ਮੈਂ ਉਹਨਾਂ ਦੇ ਨਾਲ ਹੀ ਰਹਿ ਕੇ ਕੀਤੀ।
सो मैनू इस गल का बड़ा माण प्राप्त है कि उन्होंने नाल हमेशा रहने का मौका मिलया और बड़िया गल्लां उन्हां कोलों सीखण का मौका मिलया। अज जो भी मैं इस वेले तुहाडे सामने खड़ा तुसी मैनू चुनिया करतारपुर तो मैं समझदा उन्हां दी बदौलत है और एक बहुत महान शख्सियत सीगे मास्टर गुरबंता सिंह जी मेरे बाबा जी जिथे उन्होंने पंजाब के किसानों वास्ते पंजाब के जिमीदारों वास्ते काम किया उत्थे पंजाब के जिहड़े डाउन ट्रॉडन पिछड़े हुए लोग गरीब दलित उन्हां वास्ते भी उन्होंने बड़ा काम किया और 1952 च नहीं बल्कि 1946 दे विच उन्होंने जदों हले पार्टीशन नहीं हुई सी उस तो पहला उन्होंने अपना पहला इलैक्शन लड़िया और लाहौर की जिहड़ी असैम्बली सी उहदे विच वो MLA बने और उस वेले सर खिजर रियात खान जिहड़े कि उदों दे चीफ मिनिस्टर सी उन्हां दी वजारत दे विच पार्लीमेंट्री सैकटरी रहे और उस तो बाद जदों अपना देश आजाद होया तो उन्होंने 1952 दे विच फिर इलैक्शन लड़िया और उस तो बाद फिर उन्होंने पिछे नहीं मुड़ के देखिया इस पिंड ये पिंड धारीवाल कर दिया जिथे दे वो जमपल सी और जिथे उन्होंने अपने परिवार के नाल अपने पिता के नाल उन्होंने अपने उन्होंने बिजनेस के बिच जिहड़ा कि खेतीबाड़ी दा सी उस दे नाल उन्होंने अपना जिहड़ा उन्होंने साथ निभाया और अपनी अलग पढ़ाई करके उस वेले एक टीचर बने और बाद विच उन्होंने मास्टर गुरबंता सिंह जी के नाम नाल मशहूर होए। इस वेले सारे इलाके दे विच बल्कि सारे पंजाब दे विच उन्होंने चलाए हुए जिहड़े स्कूल हन उन्होंने जिहड़े बच्चे है चंगी शिक्षा प्राप्त करके अपनियां जिंदगियां जिहड़ियां वो सफल कर चुके हैं और जिथे उन्होंने पंजाब वास्ते ये सारे काम किए चाहे वह स्कूल सिगे चाहे हॉस्पिटल सिगे जां बाकी गरीबों वास्ते काम किया तो उन्होंने अज जो पंजाब का जो नक्शा है ये मोढ़ी सिगे क्योंकि पंजाब दे विच एग्रीकल्चर यूनिवर्सिटी बनाना और पंजाब दे विच पाखड़ा नंगल डैम उन्होंने अपने हाथों का बनाया और पंजाब दे विच एडा वड्डा जिहड़ा इरीगेशन सिस्टम है नहरां जिहड़ियां जिन्होंने कि पंजाब नूं फर्टाइल बनाया और अज दा पंजाब जिहड़ा जो अपने सामने है ये उन्हां दी बदौलत है। उदों साहब प्रताप सिंह कह रहे पंडित जवाहर लाल नहरू जी दे नाल रल के उन्होंने ये जिहड़ी डबल प्रोडक्शन का जिहड़ा नारा लाया सी और उसनों करके दिखाया। सो मैं यही कहना चाहूँगा कि उन्हां दा पंजाब दी सियासत विच और पंजाब दे तरक्की विच और पंजाब दे गरीबां और पंजाब दे डाउन ट्रॉडन वास्ते जिहड़ा काम किया एक बहुत वड्डा योगदान है और उस तो बाद उन्होंने नक्शे कदम तो चलते हुए मेरे पिता जी मेरे सत्कारयोग चाचा जी और उन्होंने भी पंजाब दे विच अपना जो बनदा योगदान सी वो पाया और मेरे चाचा जी चौधरी संतोख सिंह जी जिन्होंने कि पार्लीमेंट दे विच इस वेले पंजाब दी आवाज़ उठा रहे हैं और मैनू इस गल दी भी खुशी है। मैं तुहाडा सारिआं दा धन्नवाद भी करना चाहुंदा कि उस तो बाद तुसीं सानूं भी मैनू भी और विक्रम नूं भी तुसीं रैकोगनाइज़ किया उन्होंने सानूं एक्सैप्ट किया और मैनू तुसीं MLA चुनिया करतारपुर के इलाके तो और मैं अज उन्होंने इस 38वीं बरसी ते तुहानूं यही यकीन दवाना चाहूँगा कि जिदा मास्टर गुरबंता सिंह जी ने और जिदा मेरे पिता चौधरी जगजीत सिंह जी ने इस इलाके वास्ते और इस परिवार वास्ते ये जो इलाका जिहड़ा इन्नी देर तो है हुण मैं समझदा कि एक परिवार बन चुका इस परिवार वास्ते जिदा उन्होंने काम किया इस परिवार की तरक्की वास्ते इस परिवार की देखभाल वास्ते और उस तरह ही दिन रात तन मन तन ला के हमेशा ही मैं इस अपने परिवार का जिहड़ा हैगा वह मैं ख्याल रखूँगा और हमेशा इसकी तरक्की वास्ते मैं हमेशा ही काम करता रहूँगा। ये मैं तुहानू सारिआं नूं मैं इस गल का वादा करदा जो जो आसां मुरादां तुसीं मेरे ते लाईआं मैं ये अरदास करदा परमात्मा कोल और मैं मास्टर जी दे उन्हां कोल भी अरदास करदा कि वह उन्हां दे चरणां दे विच रह के उन्हां दे चरणां दी सौगंध है मैनू मैं जो उन्होंने एक एडा वड्डा जिहड़ा काम आरंभिया सी और जो उन्होंने सेवा की है उस तरह ही जिहड़ी सारी सेवा है पंजाब की अपनी कौम की और अपने इस इलाके की इदा ही करता रहूँगा। अखीर में मैं एक बार यही गुरु महाराज जी ये उन्होंने चरणों के अरदास करूँगा कि उन्होंने हमेशा परमात्मा अपने स्वर्गों के उन्होंने वास हो। वाहेगुरू जी का खालसा वाहेगुरू जी की फतह। बहुत बहुत धन्यवाद चौधरी सुरिंदर सिंह जी। हुण मैं बेनती करांगा जलंधर इंप्रूवमेंट ट्रस्ट के सबका चेयरमैन तजिंदर बिट्टू जी वो आउण
और मास्टर जी नूं शरदा दे फुल भेंट करन तजिंदर बिट्टू जी। साहब श्री गुरु ग्रंथ साहब की हजूरी च बैठी साध संगत जी, वाहेगुरु जी का खालसा, वाहेगुरु जी की फतेह। अज असी बहुत ही हिंदुस्तान की उच्च शख्सियत स्वर्गवासी मास्टर गुरमंता सिंह जी की 38वीं बरसी ते उन्हां नूं शरदा दे फुल भेट करन लई आए हाँ। मास्टर गुरमंता सिंह जी एक शख्सियत नहीं सन, एक इंस्टीट्यूशन सन, जिन्हां ने, मैं सर प्रताप सिंह कैरों की बायोग्राफी पढ़ रहा सी, उन्हां ने बहुत सारा जिक्र मास्टर गुरमंता सिंह जी का किया। उहदे विच एक दो लाइना बड़िया खूबसूरत लिखिया उन्होंने सर प्रताप सिंह कैरों ने कि मास्टर गुरमंता सिंह जी का एक दलित परिवार चो आके खेतीबाड़ी के उत्ते इन्ना विजन सी और पंजाब के प्रति जिनी उन्हां दी नॉलेज और जिनी उन्हां दी जानकारी सी शायद किसी पॉलिटिशियन में इन्नी ना होवे। और मास्टर जी ने उस वेले इस जानकारी नू ते इस नॉलेज नू खेतीबाड़ी यूनिवर्सिटी दे विच बना के वो सुपना साकार किया। और नाल नाल भाखड़ा डैम तो ऐसा तीसरा काम मास्टर जी ने जिहड़ा सब तो इंपोर्टेंट पंजाब लई किया वो विद्या का दान पंजाब नू दिता। अज उन्हां दे दोनों सपुत्र एक चौधरी जगजीत सिंह जी जिहड़े साडे लोकल बॉडी मिनिस्टर रहे और मेरा उन्हां नाल बहुत ज़्यादा करीबी रिश्ता सी, और चौधरी संतोख सिंह जी मैंबर पार्लीमेंट, और दो भरा बाकी उन्होंने खेतीबाड़ी च और एक ने न्यूजीलैंड जाके देश का नाँ होर उच्चा किया। तो ये सारा कुछ मास्टर जी की देन है। उन्होंने जिस तरह का सोचा सी परिवार बारे कि परिवार समाज सेवा च रहे, लोगों की सेवा करे, अपने जेडे दलित भाईचारे के लोग जेडे होर समाज च गरीब लोग है उन्हां दी सेवा करन। तो उस सेवा दे विच भी असी देख रहे हैं कि अगे चौधरी सुरिंदर सिंह जी साडे MLA बने करतारपुर तो हुणे बोल के गए, और चौधरी बिक्रम सिंह जी दोनों ने समाज की सेवा लई मास्टर जी दे पाए हुए पुन्ने ते चल के अज सेवा कर रहे हैं। तो मैं जिथे बहुत लंबा नहीं ले जांदा, जिथे मैं मास्टर जी नूं श्रद्धा दे फुल भेट करदा हाँ, उत्थे परमात्मा अगे अरदास करदा हाँ कि चौधरी संतोख सिंह जी और चौधरी सुरिंदर सिंह जी और चौधरी बिक्रम सिंह जी ये तिन्ने जने जिस तरह समाज की सेवा कर रहे हैं उस तरह करते रहन, और मास्टर जी दे पाए हुए पूर्ने ते चल के देश ते पंजाब दी भी रज के सेवा करन, ताकि आने वाले समय च जो मास्टर जी ने इस दुनिया नू लोह दित्ती है उहदे तो पहरा देंदे रहन। वाहिगुरू जी का खालसा, वाहिगुरू जी की फतेह। बहुत बहुत धन्यवाद। जिहड़ी पंजाब एग्रीकल्चर यूनिवर्सिटी है ना, ये मास्टर गुरबंता सिंह जी की देन है इस पंजाब नूं, बड़ी वड्डी देन। जिन्नियां भी गल्लां करिए उन्नियां थोड़ियां। हुण मैं बेनती करांगा MLA साहब सुशील रिंकू जी वो आउण और आके मास्टर जी नूं शरदा दे फुल भेंट करन। बस आपां सारिआं ने दो दो चार चार मिनट मास्टर जी नूं शरदा दे फुल भेंट करने हैं। इस तरह बैठन की कृपालता करो सुशील रिंकू जी। साहब श्री गुरु ग्रंथ साहब जी की पवित्र हजूरी साजी नवाजी पैरी साध संगत जीओ, वाहेगुरु जी का खालसा, श्री वाहेगुरु जी की फतेह। मास्टर गुरबंता सिंह जी जेडे कि पार्टी दे और कौम दे एक बहुत ही महान जरनैल होए है, और मैं समझदा कि जिन्हां ने जो मास्टर जी ने इस दुनिया के उत्ते जन्म लिया सी उस समय जिहड़ा वीकर सैक्शन सी दली समाज सी उन्हां हालातों बारे असी सारे बखूबी जानते हाँ। उन्हां हालातों दे नाल लड़ाई लड़ के अपने आप नूं एस्टैबलिश करना, चाहे वह शिक्षा का खेत्र होवे, चाहे वह राजनीतिक खेत्र होवे, एक साडे लई बहुत वड्डी मिसाल है। और कहंदे ने कि जेडे संत महात्मा उस परमात्मा नूं पा लैंदे आ उन्हां दियां जिहड़ियां आने वाली कुलां भी तर जांदियां।
और मैं समझदा कि जिहड़ी घालना मास्टर गुरबंता सिंह जी ने अपने जीवन काल दे विच घाली, जिन्नी उन्होंने मेहनत की और जिन्ना वड्डा उन्हां दा विजन सी, अज उन्हां दी तीजी पीढ़ी अज समाज की सेवा कर रही है। बतौर MLA साडे भाई बैठे है सुरिंदर चौधरी जी, विक्रम जी, और सारे नाल वड्डी गल साडे अंकल जी जो कि इस वेले मैंबर पार्लीमेंट ने, और मैं अक्सर चौधरी जगजीत सिंह जी नाल काफ़ी विचार वटांदरे करन दा मौका मिलता सी, क्योंकि जिस स्थान दे उत्ते असीं बैठे हाँ इत्थे उन्हां दे पिता जी की समाध, माता जी की समाध, अज उन्हां दी अपनी समाध भी इस स्थान दे उत्ते बनी है। और मैं ये कोई स्पीच नहीं कर रहा, मैं अखीं देखिया चौधरी जगजीत सिंह होणा नूं नित बिना नागा, साडे स्पीकर साहब बैठे है बिना नागा अपने पिता जी की समाध के उत्ते आके मत्था टेकदे आ, मैं नित देखिया उन्हां नूं। और सारे जानते हैं कि जिन्हें भी वर्कर साथी उन्हां दे कोल काम कराने लिए आते सी, बहुत सारे साथियों इसे स्थान के उत्ते वो मिलते सन। सो एडा एडी वड्डी सोच अज दे समाज दे विच सानू इस परिवार तो सेह लैनी चाहिए है कि सानू अपने बजुर्गों का नाम उच्चा करन दे लई हर जो पॉजिटिव एफर्ट आ करना चाहिए। सो मैं ज़्यादा कुछ ना कहिंदा, जिथे मास्टर गुरबंता सिंह दा परिवार पोलीटिकल सेवा कर रहा अज इस परिवार दे विच उन्हां दा खून, अज एडमिनिस्ट्रेटिव सर्विसिज दे विच भी उन्हां दा खून सेवा कर रहा। सो मैं समझदा कि जिहड़े लोग अपना आप ना बिल्ड करके समाज के लिए कुछ करते हैं, इस तरह उन्होंने जड़िया चितावान वो मेले लगते हैं। आज समाज आज सिर्फ तो सिर्फ जलंधर ही नहीं, दुआबा ही नहीं, पंजाब दियाँ बहुत वड्डियां वड्डियां हस्तियां अज उन्होंने श्रद्धांजलि समारोह में पहुंचिया। सो मैं ज़्यादा कुछ ना कहता होया अपने वालों आपके हल्के वालों मास्टर गुरबंता सिंह जी के चरणों के श्रद्धा सुमन भेंट करदा और अरदास करदा कि उन्होंने जो मार्ग सानू सारियां नूं दस्या असीं उन्हां दे मार्ग ते चलदे आं, अपने समाज का अपनी पार्टी का काम करिए। वाहिगुरु जी का खालसा, वाहिगुरु जी की फतेह। जय गुरुदेव, धन गुरुदेव। बहुत बहुत धन्यवाद। मैनू मास्टर गुरबंता सिंह जी नाल बहुत सफर करन दा मौका मिलिया। पंजाब च असीं अद्धे पंजाब च गए इकट्ठे, अंबैसडर कार उन्हां कोल हुंदी सी चैरी जे रंग दी, चौधरी साहब PUH 40 नंबर, मैनूं हले तां याद है। और रास्ते च उन्हां ने गल्लां करनियां ते देश दी उन्नती दियां गल्लां करनियां, और जदों बच्चियां दी गल करनी उन्हां ने कहना मेरी ओ धीओ, मेरे पुत्रो, इदां कह के उन्हां नूं सत्कार देना तां प्यार देना। जिहदे घर जाणा न्याणे नूं दौड़ के जाके कुछड़ चक लैणा उन्हां ने, एक दिलों प्यार सी उन्हां दा अपनी इस परमात्मा दी साजी होई खलकत दे नाल। तो हुण मैं बेनती करांगा MLA साहब सरदार प्रगट सिंह जी कि वह आउण और आके मास्टर जी नूं अपने वल्लों श्रद्धा दे फुल भेंट करन। सरदार प्रगट सिंह जी MLA साहब। ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਅਤੇ ਮਾਸਟਰ ਗੁਰਬੰਤਾ ਸਿੰਘ ਜੀ ਦੀ 38ਵੀਂ ਬਰਸੀ ਮਨਾ ਰਹੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਜਿਹੜਾ ਪਾਵਰਫੁੱਲ ਸਮਾਂ ਆ ਉਹ ਵਰਤਮਾਨ ਸਮਾਂ, क्योंकि बीते हुए समय तो आप सीख सकते हैं ते आने वाले समय की जिहड़ी वो कामना कर सकते हैं। जदों आप इहो जिहियां शख्सीयतां की बरसी मनाने हैं ते आप उस इतिहास के पन्ने जिहड़े आ वो फोलदे आ ते उहदे तो कुछ ना कुछ सीखण की कोशिश करते हैं। मैं
हमेशा जिहड़ा वर्तमान समय की गल करदा भी भाई पहला सिख लईए तो फिर उन्हूं विजुअलाइज कर लईए। जिथे जदों अजे देश की वंड भी नहीं हुई सी उस पिछोकड़ तो लैके ते उन्हां दे जाण तक समस्यावां भी बहुत सी, लेकिन जोश ते होश दा सुमेल सी क्योंकि एजुकेशन भी सी ते जोश भी सी। ते अज जिथे पंजाब खड़ा, गुस्सा ना करियो आपां उहदे विच बहुत वड्डा जिहड़ा रोल है अज दे समाज दा ਉਹ ਉਹੋ ਜਿਹੇ ਕਿਰਦਾਰ ਨਾਲ ਕਿਤੇ ਨਾ ਕਿਤੇ ਅਸੀਂ ਕਮਜ਼ੋਰੀ 'ਚ ਆਏ ਹਾਂ। ਡੈਮੋਕ੍ਰੇਸੀ ਦੇ ਚਾਰੇ ਥੰਮ ਹੈ, ਪੋਲੀਟੀਸ਼ੀਅਨਸ ਬਿਊਰੋਕਰੈਟ ਵੀ ਬੈਠੇ ਆ, ਜੁਡੀਸ਼ੀਅਲ ਸਿਸਟਮ ਵੀ ਆ ਸਾਡਾ ਅਤੇ ਪ੍ਰੈਸ ਵੀ ਆ। ਸਾਡੇ ਕਿਰਦਾਰ ਦੇ ਵਿੱਚ ਹੌਲੀ ਹੌਲੀ ਕਮੀ ਆ ਗਈ ਔਰ ਉਹਦਾ ਨਤੀਜਾ 1984 ਤੱਕ ਪੰਜਾਬ ਜਿਹੜਾ ਉਹ ਸਰਪਲਸ ਸਟੇਟ ਸੀ ਪੈਸਿਆਂ ਪੱਖੋਂ। ਸਿਰਫ ਪਹਿਲੀ ਵਾਰੀ 10 ਕਰੋੜ ਦਾ ਕਰਜ਼ਾ ਹੋਇਆ ਸੀ ਅਤੇ ਅੱਜ ਲਗਭਗ 2.25 ਲੱਖ ਕਰੋੜ ਰੁਪਈਏ ਦਾ ਕਰਜ਼ਾ ਸਾਡੇ ਉੱਤੇ ਹੈਗਾ। ਅੱਜ ਸਾਨੂੰ ਸਾਰਿਆਂ ਨੂੰ, ਸਾਰੇ ਪਿੰਡਾਂ ਵਾਲੇ ਵੀ ਆਏ ਬੈਠੇ ਆ, ਸਾਨੂੰ ਸਾਰਿਆਂ ਨੂੰ ਇਹਦੇ 'ਤੇ ਸੋਚਣ ਦੀ ਜ਼ਰੂਰਤ ਹੈ, ਇਹਦੇ 'ਤੇ ਪਹਿਰਾ ਦੇਣ ਦੀ ਜ਼ਰੂਰਤ ਹੈ। ਅੱਜ ਜ਼ਰੂਰਤ ਕਾਹਦੀ ਹੈ, ਪੰਜਾਬ ਨੂੰ ਅਸੀਂ ਉਹਦੇ 'ਚੋਂ ਕੱਢ ਲਈਏ ਕਿਉਂਕਿ ਆਉਣ ਵਾਲਾ ਸਮਾਂ ਜਦੋਂ ਆਪਾਂ ਵਿਜੁਅਲਾਈਜ਼ ਕਰਦੇ ਹਾਂ, ਕਮਿਊਨੀਕੇਸ਼ਨ ਬਹੁਤ ਹੋ ਗਈ, ਆਉਣ ਜਾਣ ਦੇ ਸਾਧਨ ਵੀ ਠੀਕ ਹੋ ਗਏ, ਸਾਡੀ ਜ਼ਿੰਦਗੀ ਜਿੱਥੇ ਸੁਖਾਲੀ ਹੋਈ ਆ ਉੱਥੇ ਕਈ ਜਿਹੜੀਆਂ ਦੁੱਖ ਤਕਲੀਫਾਂ ਵੀ ਸਾਡੇ ਸਾਹਮਣੇ ਆ ਕਿਉਂਕਿ ਨੌਜਵਾਨ ਪੀੜ੍ਹੀ ਨੂੰ ਅਸੀਂ ਦੇਣਾ ਕੀ ਆ। ਸੋ ਅੱਜ ਜਿੱਥੇ ਉਸ ਮਹਾਨ ਲੀਡਰ ਨੂੰ ਆਪਾਂ ਯਾਦ ਕਰ ਰਹੇ ਹਾਂ, ਉਹ ਕਿਰਦਾਰ ਨੂੰ ਯਾਦ ਕਰ ਰਹੇ ਹਾਂ, ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਆ ਕਿਉਂਕਿ ਸਾਰੇ ਹੀ ਆਪਾਂ ਉਸ ਪਿਛੋਕੜ ਨਾਲ ਜੁੜੇ ਹੋਏ ਹਾਂ। ਆਪਾਂ ਪਿੰਡਾਂ ਦੇ ਉਹ ਲੜਾਈ ਝਗੜੇ ਛੱਡ ਦਈਏ, ਆਪਾਂ ਨੂੰ ਕੁਛ ਨਹੀਂ ਲੱਭਣਾ ਉਹਦੇ ਵਿੱਚੋਂ, ਦੁਨੀਆ ਦੇ ਉੱਤੋਂ ਕੁਛ ਨਹੀਂ ਲੱਭਿਆ, ਕਿਉਂਕਿ ਚਾਹੇ ਜਿਹੜੇ ਮਰਜ਼ੀ ਮੁਲਕ ਦੇਖ ਲਓ, ਇਜ਼ਰਾਈਲ ਹੈ ਇੱਕ ਛੋਟਾ ਜਿਹਾ ਮੁਲਕ, ਉਹਨਾਂ ਦੀ 80 ਲੱਖ ਦੀ ਆਬਾਦੀ ਹੈ, ਅੱਜ ਦੁਨੀਆ ਦੇ ਉੱਤੇ ਅਮੈਰੀਕਾ ਦੇ ਵਿੱਚ 70% ਇਕੋਨਮੀ ਨੂੰ ਉਹ ਕੰਟਰੋਲ ਕਰ ਰਿਹਾ। ਉਹਦੇ ਪਿੱਛੇ ਕਾਰਨ ਕੀ ਆ, ਜੇ ਇੱਕ ਇਜ਼ਰਾਈਲੀ ਨੂੰ ਦੂਸਰਾ ਇਜ਼ਰਾਈਲੀ ਦੂਰੋਂ ਦੇਖਦਾ ਨਾ, ਅਤੇ ਉਹ ਜੇ ਕਿਤੇ ਗਰੀਬ ਵੀ ਆ, ਜੇ ਕਿਤੇ ਮਾੜਾ ਵੀ ਆ, ਤਾਂ ਉਹਨੂੰ ਤਕੜਾ ਕਰਨ ਦੀ ਕੋਸ਼ਿਸ਼ ਕਰਦਾ। ਸਾਡੇ ਹਰ ਘਰ ਦੇ ਵਿੱਚ ਕੁਸ਼ਕ ਨੂੰ ਛੱਡ ਲਓ, ਹਰ ਘਰ ਦੇ ਵਿੱਚ ਜੇ ਤਾਏ ਨੇ ਖੱਬੇ ਨੂੰ ਜਾਣਾ ਅਤੇ ਚਾਚੇ ਨੇ ਪੱਕਾ ਸੱਜੇ ਨੂੰ ਜਾਣਾ। ਇਹ ਆਪਾਂ ਸੋਚ ਬਦਲ ਲਈਏ, ਅੱਜ ਬਦਲ ਲਵਾਂਗੇ ਤਾਂ ਆਉਣ ਵਾਲਾ ਸਮਾਂ ਜਿਹੜਾ ਸੌਖਾ ਹੋਊਗਾ, ਕਿਉਂਕਿ ਜਿਹੜਾ ਵਿਜੁਅਲਾਈਜੇਸ਼ਨ ਮਾਸਟਰ ਗੁਰਬੰਤਾ ਸਿੰਘ ਜੀ ਨੇ ਜਾਂ ਉਹਨਾਂ ਲੀਡਰਸ ਨੇ ਕੀਤੀ ਸੀ, ਆਪਾਂ ਕਿਤੇ ਨਾ ਕਿਤੇ ਪਹਿਰਾ ਦੇਣ 'ਤੇ ਉਹਦੇ ਤੋਂ ਚੁੱਕੇ ਹਾਂ। ਔਰ ਕਿਉਂਕਿ ਸੱਚ ਕਹਿਣਾ ਅਤੇ ਸੱਚ ਸੁਣਨਾ, ਇਹ ਦੋ ਜੁਰਤ ਦੀਆਂ ਗੱਲਾਂ ਇਹ ਉਹਨਾਂ ਬਜ਼ੁਰਗਾਂ ਦੇ ਵਿੱਚ ਸੀਗੀਆਂ। ਮੈਨੂੰ ਥੋੜ੍ਹਾ ਜਿਹਾ ਮੌਕਾ ਜਿਹੜਾ ਸਰਦਾਰ ਦਰਬਾਰਾ ਸਿੰਘ ਜਿਹੜੇ ਮੇਰੇ ਫਾਦਰ ਨੇ ਲਾਉ ਸੀ, ਉਹ ਵੀ ਮਾਸਟਰ ਗੁਰਬੰਤਾ ਸਿੰਘ ਜੀ ਦੀਆਂ ਗੱਲਾਂ ਮੈਨੂੰ ਉਹਨਾਂ ਤੋਂ ਸੁਣਨ ਦਾ ਮੌਕਾ ਵੀ ਮਿਲਿਆ। ਕਾਮਰੇਡ ਸੁਰਜੀਤ ਜੀ ਨਾਲ ਥੋੜ੍ਹਾ ਜਿਹਾ ਵਿਚਰਨ ਦਾ ਮੌਕਾ ਮਿਲਿਆ। ਅਸਲੀ ਗੱਲ ਹੈ ਉਹ ਦੇਸ਼ ਦੀ ਗੱਲ ਕਰਦੇ ਸੀ, ਉਹ ਸਮਾਜ ਦੀ ਗੱਲ ਕਰਦੇ ਸੀ, ਉਹ ਵਿਜੁਅਲਾਈਜੇਸ਼ਨ ਦੀ ਗੱਲ ਕਰਦੇ। ਸੋ ਅੱਜ ਸਾਨੂੰ ਜ਼ਰੂਰਤ ਹੈ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ, ਕਿਉਂਕਿ ਸਾਡਾ ਪੰਜਾਬ ਜਿਹੜਾ ਉਹ ਪਿਛੜ ਰਿਹਾ, ਅਸੀਂ ਚਾਹੇ ਜਿੰਨਾ ਮਰਜ਼ੀ ਕਹਿ ਲਈਏ। ਅੱਜ ਜਿੱਥੇ ਮੈਂ ਮਾਸਟਰ ਗੁਰਬੰਤਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ, ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਆ ਕਿ ਸਾਨੂੰ ਸਾਰਿਆਂ ਨੂੰ ਸਮਤ ਬਖਸ਼, ਸਾਨੂੰ ਸਾਰਿਆਂ ਨੂੰ ਇਹ ਸੋਚ ਦੇ ਤਾਂ ਕਿ ਅਸੀਂ ਉਹ ਜਿਹੜੇ ਪਾਏ ਹੋਏ ਪੂਰਨੇ ਆ ਉਹਨਾਂ 'ਤੇ ਪਹਿਰਾ ਦੇ ਕੇ ਆਪਣੇ ਅਸਲੀ ਸਮਾਜ ਦੀ ਜਿਹੜੀ ਉਹ ਸੇਵਾ ਕਰਦੇ ਰਹੀਏ। ਸੋ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ MLA ਸਾਹਿਬ ਸ਼੍ਰੀ ਰਜਿੰਦਰ ਬੇਰੀ ਜੀ, ਉਹ ਆਉਣ ਔਰ ਮਾਸਟਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ। ਸਾਡੇ ਦਰਮਿਆਨ ਸਾਡੇ ਕਮਿਸ਼ਨਰ ਸਾਹਿਬ ਪੁਲਿਸ ਦੇ PK ਸਿਨਹਾ ਸਾਹਿਬ, ਉਹ ਵੀ ਸੰਗਤ ਦੇ ਵਿੱਚ ਮਾਸਟਰ ਗੁਰਬੰਤਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਆਏ ਹੈ, ਔਰ ਉਹਨਾਂ ਦੇ ਨਾਲ ਸਾਡੇ ਵੀਰ ਸਰਦਾਰ ਰਜਿੰਦਰ ਸਿੰਘ ਜੀ, DCP ਸਾਹਿਬ ਜਲੰਧਰ ਕਮਿਸ਼ਨਰੇਟ,
ਉਹ ਵੀ ਸੰਗਤ ਦੇ ਵਿੱਚ ਬਿਰਾਜਮਾਨ ਹੈ। ਬਹੁਤ ਬਹੁਤ ਧੰਨਵਾਦ। ਆਓ ਜੀ ਰਜਿੰਦਰ ਬੇਰੀ ਜੀ। ਪਰਮ ਸਤਿਕਾਰਯੋਗ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਅੱਜ ਸਾਰੇ ਹੀ ਅਸੀਂ ਇਹੋ ਜਿਹੀ ਸ਼ਖਸੀਅਤ ਜਿਨ੍ਹਾਂ ਨੇ ਜਲੰਧਰ ਵਾਸਤੇ ਨਹੀਂ, ਪੰਜਾਬ ਵਾਸਤੇ ਨਹੀਂ, ਹਿੰਦੁਸਤਾਨ ਵਾਸਤੇ ਕੰਮ ਕੀਤਾ, ਔਰ ਉਸ ਪਰਿਵਾਰ ਨੇ ਹਮੇਸ਼ਾ ਹੀ ਉਹਨਾਂ ਦੀ ਪੁੰਨਿਆ ਤਿਥੀ ਮਨਾਈ। ਬਹੁਤ ਘੱਟ ਇਹੋ ਜਿਹੇ ਪਰਿਵਾਰ ਨੇ ਜਿਹੜੇ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਹੈ। ਸੋ ਅੱਜ ਅਸੀਂ ਮਾਸਟਰ ਗੁਰਬੰਤਾ ਸਿੰਘ ਜੀ ਦੀ 38ਵੀਂ ਪੁੰਨਿਆ ਤਿਥੀ ਦੇ ਵਿੱਚ ਇਕੱਠੇ ਹੋਏ ਹਾਂ। ਮਾਸਟਰ ਗੁਰਬੰਤਾ ਸਿੰਘ ਜੀ ਦੇ ਬਾਰੇ ਮੇਰੇ ਤੋਂ ਪਹਿਲਾਂ ਬੁਲਾਰੇ ਬੜੇ ਸੰਖੇਪ ਦੇ ਵਿੱਚ ਦੱਸ ਕੇ ਗਏ ਹੈ ਕਿ ਇਹੋ ਜਿਹੀ ਸ਼ਖਸੀਅਤ ਜਿਨ੍ਹਾਂ ਨੇ ਆਪਣੇ ਲਈ ਨਹੀਂ, ਆਪਣੇ ਪਰਿਵਾਰ ਲਈ ਨਹੀਂ, ਇਸ ਪੰਜਾਬ ਦੇ ਵਿੱਚ ਬੜੀ ਵੱਡੀ ਸੇਵਾ ਕਰਕੇ, ਇਸ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਦਲਿਤ ਭਾਈਚਾਰੇ ਨੂੰ ਇਹੋ ਜਿਹਾ ਪਿਆਰ ਦਿੱਤਾ ਔਰ ਅੱਗੇ ਲੈ ਕੇ ਆਉਂਦਾ। ਸੋ ਇਹੋ ਜਿਹੀਆਂ ਸ਼ਖਸੀਅਤਾਂ ਬਹੁਤ ਘੱਟ ਇਸ ਸਮਾਜ ਦੇ ਵਿੱਚ ਜਨਮ ਲੈਂਦੀਆਂ, ਔਰ ਅੱਜ ਉਹਨਾਂ ਦਾ ਪਰਿਵਾਰ ਅਸੀਂ ਦੇਖ ਲਈਏ। ਮਾਸਟਰ ਗੁਰਬੰਤਾ ਸਿੰਘ ਜੀ ਤੋਂ ਬਾਅਦ ਚੌਧਰੀ ਜਗਜੀਤ ਸਿੰਘ ਜੀ ਨੇ ਪੰਜਾਬ ਦੀ ਸੇਵਾ ਕੀਤੀ, 5-6 ਵਾਰ ਐਮ ਐਲ ਏ ਬਣੇ ਕਰਤਾਰਪੁਰ ਤੋਂ, ਔਰ ਜਿਸ ਤਰੀਕੇ ਦਾ, ਜਿਸ ਢੰਗ ਦਾ ਉਹਨਾਂ ਦਾ ਕੰਮਕਾਜ ਸੀ ਅਸੀਂ ਕਦੇ ਨਹੀਂ ਭੁਲਾ ਸਕਦੇ। ਚੌਧਰੀ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਐਜ਼ ਏ ਮੰਤਰੀ ਵੀ ਕੰਮ ਕੀਤਾ ਔਰ ਅੱਜ ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਬਣ ਕੇ ਲੋਕਾਂ ਦੀ ਸੇਵਾ ਕਰ ਰਹੇ ਹੈ। ਬਹੁਤ ਘੱਟ ਇਹੋ ਜਿਹੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਜਲੰਧਰ ਹੀ ਰਹਿੰਦੇ ਹੋਣ, ਔਰ ਦਿੱਲੀ ਬਹੁਤ ਘੱਟ ਜਾਂਦੇ ਹੋਣ, ਲੇਕਿਨ ਜਦੋਂ ਦਿੱਲੀ ਜਾਂਦੇ ਆ ਔਰ ਪੰਜਾਬ ਦੀ ਆਵਾਜ਼ ਬਣ ਕੇ ਗੂੰਜਦੇ ਆ ਮੈਂਬਰ ਪਾਰਲੀਮੈਂਟ 'ਤੇ, ਇਹੋ ਜਿਹੀਆਂ ਸ਼ਖਸੀਅਤਾਂ ਵੀ ਬਹੁਤ ਘੱਟ ਨੇ। ਚੌਧਰੀ ਸੁਰਿੰਦਰ ਸਿੰਘ ਜੀ ਜਿਹੜੇ ਸਾਡੇ ਨਾਲ MLA ਨੇ ਕਰਤਾਰਪੁਰ ਤੋਂ, ਔਰ ਕਰਤਾਰਪੁਰ ਦੀ ਜਿੱਦਾਂ ਉਹਨਾਂ ਦੇ ਪਿਤਾ ਜੀ ਸੇਵਾ ਕਰਦੇ ਪਏ ਸੀ ਉਸ ਤੋਂ ਵੱਧ ਸੇਵਾ ਕਰਤਾਰਪੁਰ ਦੀ ਕਰ ਰਹੇ ਆ, ਫਲੋਰ ਤੋਂ ਵਿਕਰਮ ਚੌਧਰੀ ਜੀ ਕਰ ਰਹੇ ਆ। ਸੋ ਇਹ ਸਾਰਾ ਹੀ ਪਰਿਵਾਰ ਅੱਜ ਸਮਾਜ ਦੀ ਸੇਵਾ ਕਰ ਰਿਹਾ। ਮੇਰੀ ਉਸ ਪਰਮ ਪਿਤਾ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਪਰਿਵਾਰ ਇਸੇ ਹੀ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣ ਔਰ ਲੋਕ ਇਹਨਾਂ ਨੂੰ ਹਮੇਸ਼ਾ ਹੀ ਅੱਗੇ ਵੱਧਦਾ ਦੇਖਦੇ ਰਹਿਣ। ਸੋ ਅੱਜ ਦੇ ਇਸ ਦਿਨ ਦੇ ਉੱਪਰ ਜੋ ਮਾਸਟਰ ਗੁਰਬੰਤਾ ਸਿੰਘ ਜੀ ਨੂੰ ਅਸੀਂ ਸ਼ਰਧਾਂਜਲੀ ਦੇ ਰਹੇ ਹਾਂ, ਉਹਦੇ ਨਾਲ ਨਾਲ ਇੱਕ ਗੱਲ ਹੋਰ ਹੈ ਕਿ ਕਾਂਗਰਸ ਪਾਰਟੀ ਦੇ ਉੱਪਰ ਕਈ ਵਾਰੀ ਉਤਾਰ ਔਰ ਚੜਾਵ ਆਏ ਪੰਜਾਬ ਦੇ ਵਿੱਚ, ਲੇਕਿਨ ਇਹ ਪਰਿਵਾਰ ਹਮੇਸ਼ਾ ਹੀ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਬਣ ਕੇ ਰਿਹਾ, ਕਦੀ ਫਿਸਲਿਆ ਨਹੀਂ। ਕਦੀ ਇਹਨਾਂ ਨੇ ਇਹ ਨਹੀਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਦਾ ਰਾਜ ਖਤਮ ਹੋ ਗਿਆ ਜਾਂ ਅਸੀਂ ਕਿਸੇ ਹੋਰ ਪਾਰਟੀ ਦੇ ਵਿੱਚ ਜੁਆਇਨ ਕੀਤੇ, ਹਮੇਸ਼ਾ ਹੀ ਕਾਂਗਰਸ ਦੇ ਨਾਲ ਜੁੜੇ ਰਹੇ ਔਰ ਕਾਂਗਰਸ ਦਾ ਸਤੰਭ ਬਣ ਕੇ ਰਹੇ ਹੈ। ਸੋ ਮੇਰੀ ਉਸ ਪਰਮਪਿਤਾ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਇਹ ਪਰਿਵਾਰ ਇਸੇ ਤਰ੍ਹਾਂ ਸੇਵਾ ਕਰਦਾ ਰਹੇ। ਜੈ ਹਿੰਦ ਜੈ ਭਾਰਤ। ਸਾਡੇ ਦਰਮਿਆਨ ਸਰਦਾਰ ਜੋਗਿੰਦਰ ਸਿੰਘ ਜੀ ਮਾਨ, ਸਾਬਕਾ ਮੰਤਰੀ ਪੰਜਾਬ, ਉਹ ਬੈਠੇ ਹੈ। ਕੈਪਟਨ ਹਰਮਿੰਦਰ ਸਿੰਘ ਜੀ, ਉਹ ਬੈਠੇ ਨੇ। ਔਰ ਸ਼ਹਿਰ ਦੇ ਬਹੁਤ ਵੱਡੀ ਗਿਣਤੀ 'ਚ ਕੌਂਸਲਰ ਸਾਹਿਬਾਨ ਔਰ ਪਿੰਡਾਂ ਦੇ ਪੰਚ ਸਾਹਿਬਾਨ, ਸਰਪੰਚ ਸਾਹਿਬਾਨ, ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਸਾਹਿਬਾਨ, ਬਹੁਤ ਹੀ ਪਤਵੰਤੇ ਸੱਜਣ ਸਾਰੇ ਆਏ ਹੈ। ਔਰ ਚੌਧਰੀ ਜਗਜੀਤ ਸਿੰਘ ਜੀ ਦੇ ਉਹਨਾਂ ਦੇ ਧਰਮ ਪਤਨੀ ਬੀਬੀ ਗੁਰਬਚਨ ਕੌਰ ਜੀ, ਹੋਰ ਪਤਵੰਤੇ ਸੱਜਣ ਸਾਰੇ। ਤੋ ਮੈਂ ਹੁਣ ਬੇਨਤੀ ਕਰਾਂਗਾ ਮਾਨਯੋਗ ਸਰਦਾਰ ਮਹਿੰਦਰ ਸਿੰਘ ਜੀ KP, ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਪ੍ਰਧਾਨ ਪੰਜਾਬ ਕਾਂਗਰਸ, ਕਿ ਆਉਣ ਔਰ ਮਾਸਟਰ ਗੁਰਬੰਤਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ। ਮਾਨਯੋਗ KP ਸਾਹਿਬ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਬੈਠੀ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸਤਿਕਾਰਯੋਗ ਮਾਸਟਰ ਗੁਰਬੰਤਾ ਸਿੰਘ ਜੀ ਦੀ 38ਵੀਂ ਬਰਸੀ ਦੇ ਸੰਬੰਧ 'ਚ ਆਪਾਂ ਇਕੱਠੇ ਹੋਏ, ਔਰ 38 ਸਾਲ ਤੋਂ ਬਾਅਦ ਵੀ ਅੱਜ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹਨਾਂ ਨੂੰ ਯਾਦ ਕਰਦਾ, ਸਮਾਜ ਉਹਨਾਂ ਨੂੰ ਯਾਦ ਕਰਦਾ, ਲੋਕ ਉਹਨਾਂ ਨੂੰ ਯਾਦ ਕਰਦੇ ਨੇ, ਜਿਨ੍ਹਾਂ ਲੋਕਾਂ ਨੇ ਦੇਸ਼ ਵਾਸਤੇ, ਕੌਮ ਵਾਸਤੇ ਕੁਛ ਕੀਤਾ ਹੁੰਦਾ ਹੈ ਉਹਨਾਂ ਲੋਕਾਂ ਨੂੰ ਲੋਕ ਜਿਹੜਾ ਲੰਬਾ ਸਮਾਂ ਯਾਦ ਰੱਖਦੇ ਨੇ। ਮਾਸਟਰ ਗੁਰਬੰਤਾ ਸਿੰਘ ਜੀ
ਇੱਥੇ ਕਿਹਾ ਗਿਆ ਕਿ ਦਲਿਤ ਪਰਿਵਾਰ 'ਚ ਪੈਦਾ ਹੋਏ, ਲੇਕਿਨ ਉਹਨਾਂ ਨੇ ਜੋ ਪੰਜਾਬ ਦੀ ਕਿਸਾਨੀ ਸੀ ਜੋ ਉਸ ਵੇਲੇ ਇੰਨਾ ਮੰਦਾ ਹਾਲ ਸੀ, ਅਸੀਂ ਦੁਨੀਆ ਦੇ ਬਾਹਰਲੇ ਮੁਲਕਾਂ ਤੋਂ ਅਨਾਜ ਮੰਗਾਉਂਦੇ ਸੀ ਅਤੇ ਉਹਨਾਂ ਨੇ ਇਹ ਬੀੜਾ ਚੁੱਕਿਆ ਪੰਜਾਬ ਦੇ ਵਿੱਚ ਕਿ ਸਾਡੀ ਧਰਤੀ ਜਿਹੜੀ ਆ ਫਰਟਾਈਲ ਹੈ, ਸਾਡੇ ਜਿਹੜੇ ਲੋਕ ਕਿਸਾਨ ਆ ਜਿਹੜੇ ਉਹ ਬੜੇ ਹਿੰਮਤੀ ਔਰ ਮਿਹਨਤੀ ਹੈ, ਪਰ ਸਾਡੇ ਕੋਲ ਸਾਧਨ ਨਹੀਂ ਹੈ ਜਿਸ ਕਰਕੇ ਅਸੀਂ ਬਾਹਰ ਲੋਕਾਂ ਕੋਲੋਂ ਕਟੋਰਾ ਬੰਗ ਕੇ ਅਨਾਜ ਮੰਗ ਰਹੇ ਹਾਂ। ਅਤੇ ਉਹਨਾਂ ਨੇ ਪੰਜਾਬ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਬਣਾਈ, ਖੇਤੀ ਦਾ ਜਿਹੜਾ ਸਹੀ ਮਿਹਨਤ 'ਚ ਹਰਾ ਇਨਕਲਾਬ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਉਹ ਸਰਦਾਰ ਪ੍ਰਤਾਪ ਸਿੰਘ ਕੈਰੋ ਔਰ ਮਾਸਟਰ ਗੁਰਬੰਤਾ ਸਿੰਘ ਦੀ ਦੇਣ ਹੈ ਪੰਜਾਬ ਦੇ ਅੰਦਰ। ਅੱਜ ਰਾਜਨੀਤੀ ਕੀਤੀ ਜਾਂਦੀ ਇਹਦੇ ਉੱਤੇ ਵੀ ਕਿ ਅਸੀਂ ਕਿਸਾਨਾਂ ਦਾ ਆਉਣ ਵਾਲੇ 5-4 ਸਾਲਾਂ ਦੇ ਵਿੱਚ ਉਤਪਾਦਨ ਜਿਹੜਾ ਉਹ ਡਬਲ ਕਰ ਦੇਵਾਂਗੇ, ਲੇਕਿਨ ਕੋਈ ਨਾਲ ਸਾਧਨ ਨਹੀਂ, ਕੋਈ ਦੱਸਿਆ ਨਹੀਂ ਜਾਂਦਾ। ਪਰ ਜਿਹੜਾ ਡਬਲ ਉਹਨਾਂ ਨੇ ਕੀਤਾ ਉਸ ਵੇਲੇ ਉਹ ਕਰਕੇ ਦਿਖਾਇਆ ਔਰ ਲੋਕਾਂ ਨੂੰ ਦੱਸਿਆ। ਤਾਂ ਮੈਂ ਸਮਝਦਾ ਕਿ ਇਸ ਪੰਜਾਬ ਦੇ ਅੰਦਰ ਜਿੱਥੇ ਵੀਕਰ ਸੈਕਸ਼ਨ ਦਲਿਤ ਭਾਈਚਾਰੇ ਵਾਸਤੇ ਰਿਜ਼ਰਵੇਸ਼ਨ ਲਿਆਂਦੀ, ਲੋਕਾਂ ਵਾਸਤੇ ਇੱਕ ਸਾਧਨ ਮੁਹੱਈਆ ਕਰਾਏ, ਜਿਨ੍ਹਾਂ ਦਾ ਸਦਕਾ ਕਿ ਅੱਜ ਦਲਿਤ ਭਾਈਚਾਰੇ ਦੇ ਵਿੱਚ ਵੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਆਰਥਿਕ ਮਜ਼ਬੂਤ ਹੋਈ ਹੈ। ਤੋਂ ਮਾਸਟਰ ਗੁਰਬੰਤਾ ਸਿੰਘ ਜੀ ਔਰ ਉਹਨਾਂ ਦੇ ਸਾਰੇ ਸਹਿਯੋਗੀ ਜਿਨ੍ਹਾਂ ਨੇ ਉਸ ਪੰਜਾਬ ਵੇਲੇ ਜਦੋਂ ਹਿੰਦੁਸਤਾਨ ਔਰ ਪਾਕਿਸਤਾਨ ਬਣਿਆ ਅਤੇ ਉਸ ਵੇਲੇ ਅਤੇ ਉਸ ਤੋਂ ਬਾਅਦ ਜਦੋਂ ਇਸ ਪੰਜਾਬ ਦੀ ਬਣਤਰ ਬਣਾਈ ਉਹਨਾਂ ਨੇ, ਉਹਨਾਂ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ ਜਿਹੜਾ ਹਮੇਸ਼ਾ ਜਿਹੜਾ ਲੋਕ ਜਿਹੜਾ ਯਾਦ ਰੱਖਣਗੇ। ਉਹਨਾਂ ਦਾ ਪਰਿਵਾਰ ਅੱਜ ਸਮਾਜ ਦੀ ਸੇਵਾ ਕਰ ਰਿਹਾ, ਚੌਧਰੀ ਸਾਹਿਬ ਚੌਧਰੀ ਸੰਤੋਖ ਸਿੰਘ ਜੀ, ਚੌਧਰੀ ਸੁਰਿੰਦਰ ਜੀ, ਵਿਕਰਮ ਜੀ, ਵੱਡੇ ਚੌਧਰੀ ਸਾਹਿਬ ਚੌਧਰੀ ਜਗਜੀਤ ਸਿੰਘ ਜੀ ਜੋ ਸਾਡੇ ਕੋਲੋਂ ਜੁਦਾ ਹੋ ਗਏ। ਤੋ ਇਸ ਪਰਿਵਾਰ ਦਾ ਇੱਕ ਬਹੁਤ ਵੱਡੀ ਜਿਹੜੀ ਹੈ ਸਾਡੇ ਸਮਾਜ ਨੂੰ ਦੇਣ ਹੈ। ਤੋ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਮਾਸਟਰ ਗੁਰਬੰਤਾ ਸਿੰਘ ਜੀ ਜਿਹੜੇ ਸਾਡੇ ਬਜ਼ੁਰਗ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਆਸ ਕਰਦਾ ਕਿ ਉਹਨਾਂ ਦਾ ਪਰਿਵਾਰ ਜਿਹੜਾ ਉਹ ਵੱਧਦਾ ਫੁੱਲਦਾ ਪਰਿਵਾਰ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਬਾਬਾ ਨਿਰਮਲ ਦਾਸ ਜੀ ਜੋੜੇ ਵਾਲੇ, ਬੀਬੀ ਸੁਵਿੰਦਰਜੀਤ ਕੌਰ ਚੀਮਾ ਜੀ, ਹੋਰ ਧਾਰਮਿਕ ਸ਼ਖਸੀਅਤਾਂ ਬਿਰਾਜਮਾਨ ਹੈ ਸੰਗਤ ਦੇ ਵਿੱਚ, ਔਰ ਮੇਰੇ ਵੀਰ ਹਰਦੇਵ ਸਿੰਘ ਲਾਡੀ ਸ਼ੇਰੋਂ ਵਾਲੀ ਆ, ਉਹ ਵੀ ਸੰਗਤ 'ਚ ਬੈਠੇ ਹੈ। ਹੁਣ ਮੈਂ ਬੇਨਤੀ ਕਰਾਂਗਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਜੀ ਕਿ ਉਹ ਆਉਣ ਔਰ ਆ ਕੇ ਮਾਸਟਰ ਗੁਰਬੰਤਾ ਸਿੰਘ ਜੀ ਨੂੰ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਨ। ਰਾਣਾ ਕੇਪੀ ਸਿੰਘ ਜੀ, ਸਪੀਕਰ ਪੰਜਾਬ ਵਿਧਾਨ ਸਭਾ। ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬਹੁਤ ਹੀ ਸਿਆਣੇ ਵਕਤਾਵਾਂ ਨੇ ਜ਼ਿਕਰ ਕੀਤਾ, ਅੱਜ ਅਸੀਂ ਸਾਰੇ ਸਵਰਗੀ ਮਾਸਟਰ ਗੁਰਬੰਤਾ ਸਿੰਘ ਜੀ ਨੂੰ ਯਾਦ ਕਰਨ ਲਈ, ਉਹਨਾਂ ਪ੍ਰਤੀ ਆਪਣੀ ਸ਼ਰਧਾ ਅਰਪਣ ਕਰਨ ਲਈ ਇਕੱਠੇ ਹੋਏ ਹਾਂ। ਅਤੇ ਇਕੱਠੇ ਹੋਣ ਦਾ ਮਕਸਦ ਇਹ ਨਹੀਂ ਕਿ ਇਕੱਠੇ ਹੋਏ ਅਤੇ ਚਲੇ ਗਏ, ਅਸਲ ਮਕਸਦ ਇਹ ਹੈ ਕਿ ਜੋ ਕੁਛ ਉਹਨਾਂ ਨੇ ਜੀਵਨ 'ਚ ਕੀਤਾ, ਜਿਸ ਵਿਚਾਰਧਾਰਾ ਨੂੰ ਲੈ ਕੇ ਚੱਲੇ, ਜਿਸ ਸ਼ਿੱਦਤ ਦੇ ਨਾਲ ਕੰਮ ਕੀਤਾ, ਔਰ ਜਿਹੜੀਆਂ ਅਮੀਰ ਪੈੜਾਂ ਪਾ ਕੇ ਉਹ ਇਸ ਫਾਨੀ ਦੁਨੀਆ 'ਚੋਂ ਰੁਖਸਤ ਹੋਏ ਆ, ਉਹਨਾਂ ਸਾਰੀਆਂ ਚੀਜ਼ਾਂ 'ਤੇ
ਨਜ਼ਰ ਮਾਰਨ ਦਾ ਅਤੇ ਯਾਦ ਕਰਨ ਦਾ ਵੇਲਾ। ਬਹੁਤ ਸਾਰੀਆਂ ਗੱਲਾਂ ਆਈਆਂ ਭਰਾਓ, ਇਹ ਜੋ ਕੁਛ ਵੀ ਸੁੰਦਰ ਹੈ, ਸੜਕਾਂ ਹੈ, ਉੱਨਤ ਖੇਤੀ ਹੈ, ਮਿਆਰੀ ਸਿੱਖਿਆ ਹੈ, ਇੰਡਸਟਰੀਅਲਾਈਜੇਸ਼ਨ ਹੋਇਆ ਪਿਛਲੇ 70 ਸਾਲ 'ਚ, ਅਰਬਨਾਈਜੇਸ਼ਨ ਹੋਇਆ, ਇਹ ਇੱਕ ਲੰਬੀ ਕਹਾਣੀ ਹੈ। ਇਹ ਸਾਰਾ ਕੁਛ ਦੋ ਪੜਾਵਾਂ ਵਿੱਚ ਹੋਇਆ। ਪਹਿਲਾ ਪੜਾਅ ਸੀ ਕਿ ਮੁਲਕ ਗੁਲਾਮ ਸੀ ਅਤੇ ਰਾਜ ਕਰਨ ਵਾਲਿਆਂ ਦਾ ਮਕਸਦ ਕੇਵਲ ਅਤੇ ਕੇਵਲ ਰਾਜ ਕਰਨਾ ਸੀ। ਜਦੋਂ ਬਹੁਤੇ ਸਾਰੇ ਲੋਕ ਆਪਣੀ ਰੋਜ਼ੀ ਰੋਟੀ 'ਚ ਲੱਗੇ ਸੀ, ਬਹੁਤ ਥੋੜ੍ਹੇ ਲੋਕ ਸੀ ਜਿਨ੍ਹਾਂ ਨੇ ਸਮੇਂ ਦੇ ਹਾਕਮਾਂ ਤੋਂ ਖਿਲਾਫ ਆਪਣੇ ਆਪ ਨੂੰ ਹਰ ਕਿਸਮ ਦੇ ਜੋਖਮ 'ਚ ਪਾ ਕੇ ਇੱਕ ਬਹੁਤ ਵੱਡਾ ਸੰਘਰਸ਼ ਵਿੱਢਿਆ, ਆਜ਼ਾਦੀ ਦੀ ਲੜਾਈ ਲੜੀ, ਮੁਲਕ ਨੂੰ ਆਜ਼ਾਦ ਕਰਵਾਇਆ। ਮੁਲਕ ਆਜ਼ਾਦ ਹੋਣ ਤੋਂ ਬਾਅਦ ਉਸ ਤੋਂ ਵੀ ਔਖਾ ਕੰਮ ਸੀ ਕਿ ਜਿਸ ਮੁਲਕ 'ਚ ਸੂਈ ਨਾ ਬਣਦੀ ਹੋਵੇ, ਚਾਰੇ ਪਾਸੇ ਭੁੱਖਮਰੀ ਦਾ ਮਾਹੌਲ ਹੋਏ, ਸਹੂਲਤਾਂ ਤੋਂ ਸੱਖਣੇ ਹੋਈਏ, ਕਿਸੇ ਕਿਸਮ ਦੀ ਸਹੂਲਤ ਲੋਕਾਂ ਨੂੰ ਮੁਹੱਈਆ ਨਾ ਹੋਵੇ। ਇਹ ਬਹੁਤ ਵੱਡਾ ਸਵਾਲ ਇੱਕ ਮੁਲਕ ਦੇ, ਸੂਬੇ ਦੇ ਨਵ ਨਿਰਮਾਣ ਦਾ ਸੀ, ਜਿਹੜਾ ਮੈਂ ਸਮਝਦਾ ਕਿ ਆਜ਼ਾਦੀ ਦੇ ਸੰਘਰਸ਼ ਨਾਲੋਂ ਵੀ ਜ਼ਿਆਦਾ ਮੁਸ਼ਕਲ ਸੀ। ਮਾਸਟਰ ਗੁਰਵੰਤਾ ਸਿੰਘ ਜੀ ਉਹਨਾਂ ਚੰਦ ਲੋਕਾਂ 'ਚੋਂ ਇੱਕ ਸੀ ਜਿਨ੍ਹਾਂ ਨੇ ਪਹਿਲਾਂ ਮੁਲਕ ਨੂੰ ਆਜ਼ਾਦ ਕਰਾਉਣ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਆਜ਼ਾਦ ਹੋਣ ਤੋਂ ਬਾਅਦ ਜਿਹੜੇ 2-4 ਲੋਕਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਥੱਲੇ, ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਥੱਲੇ ਮੌਜੂਦਾ ਪੰਜਾਬ ਦੀ ਤਕਦੀਰ ਲਿਖੀ, ਕਿਵੇਂ ਨਵੀਆਂ ਸੜਕਾਂ ਬਣਾਉਣੀਆਂ, ਕਿਵੇਂ ਬਿਜਲੀ ਦਾ ਬੰਦੋਬਸਤ ਕਰਨਾ, ਕਿਵੇਂ ਨਹਿਰੀਕਰਨ ਕਰਨਾ, ਕਿਵੇਂ ਵਿੱਦਿਆ ਦਾ ਨਵਾਂ ਢਾਂਚਾ ਖੜਾ ਕਰਨਾ, ਕਿਵੇਂ ਸੂਬੇ 'ਚ ਇੰਡਸਟਰੀ ਖੜੀ ਕਰਨੀ ਹੈ, ਕਿਵੇਂ ਨਵੇਂ ਆਉਂਦੇ ਸ਼ਹਿਰੀਕਰਨ ਵਾਸਤੇ ਵਿਉਂਤਬੰਦੀ ਕਰਨੀ ਹੈ, ਔਰ ਕਿਸ ਢੰਗ ਨਾਲ ਗਰੀਬ ਕਿਸਾਨ ਜਿਹੜਾ ਖੁਦ 2 ਵਕਤ ਦੀ ਰੋਟੀ ਤੋਂ ਵੀ ਮੁਸ਼ਕਲ ਵਿੱਚ ਸੀ, ਉਹਨੂੰ ਇਸ ਕਾਬਲ ਬਣਾਉਣਾ ਕਿ ਅੱਜ ਦੀ ਜਿਹੜੀ ਹਾਲਤ ਹੈ, ਜਿੱਥੇ ਤੱਕ ਸੂਬਾ ਪਹੁੰਚ ਸਕਿਆ, ਇਹਦੀ ਨਿਉਂ ਜਿਹੜੀ ਰੱਖੀ ਹੈ, ਉਹ ਨਿਉਂ ਰੱਖਣ ਵਾਲਿਆਂ ਵਿੱਚ ਮਾਸਟਰ ਗੁਰਵੰਤਾ ਸਿੰਘ ਜੀ ਸੀਗੇ, ਸਰਦਾਰ ਪ੍ਰਤਾਪ ਸਿੰਘ ਕੈਰੋਂ ਸੀਗੇ, ਉਹਨਾਂ ਦੇ ਸਾਥੀ ਸੀਗੇ, ਅਸੀਂ ਤੁਸੀਂ ਸਾਰਿਆਂ ਨੇ ਉਹਨਾਂ ਦਾ ਬੀਜਿਆ ਵੱਢਿਆ। ਸੋ ਮੈਂ ਭਰਪੂਰ ਸ਼ਰਧਾ ਦੇ ਫੁੱਲ ਭੇਂਟ ਕਰਦਾ। ਅੰਦਾਜ਼ਾ ਲਾਓ ਜੇ ਭਾਖੜਾ ਡੈਮ ਨਾ ਲਾਉਂਦੇ, ਅੰਦਾਜ਼ਾ ਲਾਓ, ਮੈਂ ਉਹ ਫੋਟੋ ਦੇਖੀ ਹੈ ਜਿੱਥੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਮਾਸਟਰ ਗੁਰਵੰਤਾ ਸਿੰਘ ਜੀ ਬੈਠੇ ਹੈ, ਜਿਸ ਦਿਨ ਪੰਡਿਤ ਜਵਾਹਰ ਲਾਲ ਨਹਿਰੂ ਨੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦਾ ਉਦਘਾਟਨ ਕੀਤਾ, ਉਹਦੀ ਸ਼ੁਰੂਆਤ ਕੀਤੀ। ਜਰਾ ਸੋਚੀਏ ਜੇ ਐਗਰੀਕਲਚਰ ਯੂਨੀਵਰਸਿਟੀ ਨਾ ਹੁੰਦੀ, ਜਰਾ ਸੋਚੀਏ ਮਿਆਰੀ ਸਿੱਖਿਆ ਦਾ ਪ੍ਰਬੰਧ ਨਾ ਹੁੰਦਾ, ਜਰਾ ਸੋਚੀਏ ਇਹ ਹੈਲਥ ਕੇਅਰ ਸਿਸਟਮ ਨਾ ਹੁੰਦਾ, ਔਰ ਇਹ ਇਕੱਲਾ ਸਿਰਫ ਨਵ ਨਿਰਮਾਣ ਨਹੀਂ ਕੀਤਾ, ਮੁਲਕ ਦੀਆਂ ਸਰਹੱਦਾਂ 'ਤੇ ਪਾਕਿਸਤਾਨ ਨਾਲ 2 ਲੜਾਈਆਂ, ਇੱਕ ਲੜਾਈ ਜਿਹੜੀ ਚੀਨ ਨਾਲ ਲੜੀ ਗਈ ਹੈ, ਉਸ ਮੁਸ਼ਕਲ ਦੌਰ ਦਾ ਸਾਹਮਣਾ ਕਰਨ ਦਾ ਵੀ ਮੌਕਾ ਮਾਸਟਰ ਗੁਰਵੰਤਾ ਸਿੰਘ ਉਹਨਾਂ ਨੂੰ ਮਿਲਿਆ। ਬਹੁਤ ਵੱਡੀ ਦੇਣ ਹੈ। ਕੁਛ ਗੱਲਾਂ ਕਰਕੇ ਗਏ ਨੇ ਸਰਦਾਰ ਪ੍ਰਗਟ ਸਿੰਘ ਜੀ, ਮੈਂ 2 ਗੱਲਾਂ ਕਰਕੇ ਆਪਣੀ ਗੱਲ ਖਤਮ ਕਰਨੀ ਹੈ। ਇੱਕ ਦੌਰ ਥਾ ਮੁਲਕ ਨੂੰ ਆਜ਼ਾਦ ਕਰਾਉਣ ਵਾਲਿਆਂ ਦਾ, ਇੱਕ ਦੌਰ ਆਇਆ ਮੁਲਕ ਦੇ ਨਵ ਨਿਰਮਾਣ ਕਰਨ ਵਾਲੇ ਲੋਕਾਂ ਦਾ, ਅੱਜ ਜਿਹੜਾ ਦੌਰ ਹੈ ਉਹਦੇ 'ਚ ਬਹੁਤ ਵੱਡੀ ਨੈਗੇਟਿਵਿਟੀ ਆ ਗਈ। ਨੁਕਤਾਚੀਨੀ ਦਾ ਦੌਰ ਹੈ, ਡਿਸਕਸ਼ਨ ਡਿਬੇਟ, ਐਗਰੀਮੈਂਟ ਡਿਸਐਗਰੀਮੈਂਟ,
ਇਹ ਜਮਹੂਰੀਅਤ ਦਾ ਹੁਸਨ ਹੈ, ਜਮਹੂਰੀਅਤ ਦੀ ਸੁੰਦਰਤਾ ਹੈ, ਡੈਮੋਕਰੇਸੀ ਦੀ ਬਿਊਟੀ ਹੈ, ਹੋਣਾ ਚਾਹੀਦਾ। ਲੇਕਿਨ ਉਹ ਆਦਰਸ਼ ਸਾਡੇ, ਉਹ ਆਈਡੀਅਲ ਜਿਨ੍ਹਾਂ ਨੇ ਇੱਥੇ ਜਮਹੂਰੀ ਇੰਸਟੀਟਿਊਸ਼ਨਸ ਦੀ ਨਿਉਂ ਰੱਖੀ, ਜਿਨ੍ਹਾਂ ਨੇ ਸਾਰਾ ਸਿਸਟਮ ਖੜ੍ਹਾ ਕਰਕੇ ਦਿੱਤਾ, ਜਿਨ੍ਹਾਂ ਨੇ ਸਾਨੂੰ ਤੁਰਨਾ ਸਿਖਾਇਆ, ਅੱਜ ਇੱਕ ਸੋਚੀ ਸਮਝੀ ਚਾਲ ਦੇ ਥੱਲੇ ਉਹ ਜਿਹੜੇ ਆਈਡੀਅਲਸ ਸੀਗੇ, ਇੱਕ ਖਾਸ ਵਿਚਾਰਧਾਰਾ ਨੂੰ ਫੈਲਾਉਣ ਖਾਤਰ ਉਸ ਵਿਚਾਰਧਾਰਾ ਤੋਂ ਖਿਲਾਫ ਵੀ ਕੰਮ ਕੀਤਾ ਜਾ ਰਿਹਾ। ਬੜਾ ਹੀ ਅਫਸੋਸ ਹੁੰਦਾ ਜਾਂ ਛੋਟੇ ਛੋਟੇ ਲੋਕ ਵੀ ਕਈ ਵਾਰੀ ਪੰਡਿਤ ਜਵਾਹਰ ਲਾਲ ਨਹਿਰੂ ਵਰਗੀ ਸ਼ਖਸੀਅਤ ਦੀ ਨਿੰਦਿਆ ਅਤੇ ਉਹਨਾਂ ਬਾਰੇ ਵੀ ਕੋਈ ਇਹੋ ਜਿਹੇ ਸ਼ਬਦ ਬੋਲ ਦਿੰਦੇ ਨੇ ਜਿਹੜੇ ਅਨਐਕਸੈਪਟੇਬਲ ਹੋਣ। ਇੱਕ ਐਸਾ ਦੌਰ ਆ ਗਿਆ, ਇਸ ਦੌਰ ਦੇ ਅੰਦਰ ਇਸ ਦੇ ਵਿੱਚੋਂ ਨਿਕਲਣਾ ਪਏਗਾ, ਝਾਤ ਮਾਰਨੀ ਪਏਗੀ ਕਿ ਜੋ ਉਹਨਾਂ ਨੇ ਕਰਨਾ ਤਾਂ ਉਹ ਕਰਕੇ ਚਲੇ ਗਏ। ਕਹਿੰਦਾ ਬਦਲੇਗਾ ਤੂੰ ਤੋਂ ਬਦਲੇਗਾ ਜ਼ਮਾਨਾ। ਭਾਈ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ, ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ। ਇਹ ਸੋਚਣਾ ਪਏਗਾ ਕਿ ਮੇਰੀ ਵਿਅਕਤੀਗਤ ਤੌਰ 'ਤੇ ਕੰਟਰੀਬਿਊਸ਼ਨ ਕਿਆ ਹੈ, ਮੈਂ ਕੀ ਕੰਟਰੀਬਿਊਟ ਕੀਤਾ ਦੇਸ਼ ਸੂਬਾ ਅਤੇ ਆਪਣੀ ਸੁਸਾਇਟੀ ਵਾਸਤੇ, ਮੈਂ ਹੁਣ ਤੱਕ ਕੀ ਕਰ ਸਕਿਆ। ਜਦ ਤੱਕ ਇਸ ਗੱਲ 'ਤੇ ਨਹੀਂ ਆਉਂਦੇ ਉਦੋਂ ਤੱਕ ਗੱਲ ਬਣ ਨਹੀਂ ਸਕਦੀ। ਸੋ ਮੇਰੀ ਪ੍ਰਾਰਥਨਾ ਹੈ, ਬਹੁਤੀ ਲੰਬੀ ਗੱਲ ਨਾ ਕਰਦਾ ਹੋਇਆ, ਕਿ ਅੱਜ ਘੱਟੋ ਘੱਟ ਸਾਰਿਆਂ ਨੂੰ ਇੱਕ ਗੱਲ 'ਤੇ ਮੁਤਫਿਕ ਹੋਣਾ ਪੈਣਾ, ਸਾਰਿਆਂ ਨੂੰ ਇਸ ਗੱਲ 'ਤੇ ਇਕੱਠੇ ਹੋਣਾ ਪੈਣਾ ਕਿ ਮਾਸਟਰ ਗੁਰਬੰਤਾ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਇਹ ਆ ਕਿ ਜਿਸ ਅਮੀਰ ਜਿਹੜੇ ਅਸੂਲਾਂ ਖਾਤਰ ਉਹ ਖੜ੍ਹੇ ਸੀ, ਉਹਨਾਂ ਨੇ ਕਦੇ ਦੱਬੇ ਕੁਚਲੇ ਲੋਕਾਂ ਦੇ ਨਾਂ 'ਤੇ ਤਾਂ ਕੰਮ ਕੀਤਾ, ਉਹਨਾਂ ਦੀ ਖਿਦਮਤ ਕੀਤੀ, ਲੇਕਿਨ ਨਫ਼ਰਤ ਨਹੀਂ ਜਾਤਾਂ ਦੇ ਨਾਂ 'ਤੇ ਫੈਲਾਈ। ਅੱਜ ਜਾਤਾਂ ਦੇ ਨਾਂ 'ਤੇ ਨਫ਼ਰਤ ਵੀ ਫੈਲਾਈ ਜਾਂਦੀ। ਉਹਨਾਂ ਨੇ ਧਰਮਾਂ ਖਾਤਰ ਕੰਮ ਕੀਤਾ, ਉਹਨਾਂ ਨੇ ਧਰਮਾਂ ਦੇ ਨਾਂ 'ਤੇ ਨਫ਼ਰਤ ਨਹੀਂ ਫੈਲਾਈ। ਉਹਨਾਂ ਨੇ ਲੋਕਾਂ ਨੂੰ ਜੋੜਨ ਦਾ ਕੰਮ ਕੀਤਾ, ਲੋਕਾਂ ਨੂੰ ਇਕੱਠੇ ਕਰਨ ਦਾ ਕੰਮ ਕੀਤਾ, ਲੋਕਾਂ ਨੂੰ ਅੱਗੇ ਤੋਰਨ ਦਾ ਕੰਮ ਕੀਤਾ। ਕੋਈ ਐਸਾ ਕੰਮ ਨਹੀਂ ਕੀਤਾ ਜਿਹਦੇ ਨਾਲ ਸਮਾਜ ਦੇ ਅੰਦਰ ਵੰਡੀਆਂ ਪੈ ਜਾਣ। ਸੋ ਮੇਰੀ ਪ੍ਰਾਰਥਨਾ ਹੈ ਕਿ ਸਭ ਤੋਂ ਵੱਡੀ ਸੱਚੀ ਸੁੱਚੀ ਸ਼ਰਧਾਂਜਲੀ ਮਾਸਟਰ ਗੁਰਬੰਤਾ ਸਿੰਘ ਜੀ ਨੂੰ, ਇੱਕ ਐਸੇ ਸਪੂਤ ਪੰਜਾਬ ਦੀ ਇਸ ਮਿੱਟੀ ਦੇ, ਜਿਨ੍ਹਾਂ ਨੂੰ ਇਸ ਗੱਲ ਦਾ ਮਾਣ ਹਾਸਲ ਰਿਹਾ ਕਿ ਮੁਲਕ ਨੂੰ ਆਜ਼ਾਦ ਕਰਾਉਣ 'ਚ ਵੀ ਯੋਗਦਾਨ ਪਾਇਆ, ਮੁਲਕ ਨੂੰ ਹੱਥੀਂ ਬਣਾਉਣ 'ਚ ਵੀ ਯੋਗਦਾਨ ਪਾਇਆ। ਮੈਨੂੰ ਸਵਰਗੀ ਚੌਧਰੀ ਜਗਜੀਤ ਸਿੰਘ ਉਹਨਾਂ ਨਾਲ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ, ਅਸੀਂ ਲਾਹੌਰ ਅਸੈਂਬਲੀ ਗਏ, ਉਹਨਾਂ ਦੇ ਡਿਬੇਟ ਕਢਾ ਕੇ ਲਿਆਏ ਸੀ, ਬੜੇ ਉੱਚ ਦਰਜੇ ਦੇ ਡਿਬੇਟ ਸੀ, ਬੜੀਆਂ ਉੱਚ ਦਰਜੇ ਦੀਆਂ ਗੱਲਾਂ ਕਰਦੇ ਸੀ। ਅੱਜ ਵੀ ਉਹ ਡਿਬੇਟ ਪੜ੍ਹ ਕੇ ਮੈਂ ਸਮਝਦਾ ਅੱਜ ਵੀ ਉਹ ਰਸਤਾ ਦੱਸਣ ਵਾਲੀਆਂ ਚੀਜ਼ਾਂ ਹੈ, ਜੇ ਉਹਨਾਂ ਦੇ ਜਿਹੜੇ ਉਹ ਬੋਲ ਹੈ ਜਿਹੜੇ ਲਾਹੌਰ ਅਸੈਂਬਲੀ 'ਚ ਕਿਸੇ ਟਾਈਮ ਗੂੰਜੇ ਹੋਣੇ ਹੈ, ਜੇ ਉਹਨਾਂ 'ਤੇ ਇੱਕ ਨਜ਼ਰ ਮਾਰ ਲਈਏ। ਮੈਂ ਜਾਂਦਾ ਜਾਂਦਾ ਇੱਕ ਗੱਲ ਹੋਰ ਕਰਨੀ, ਕਦਰਾਂ ਕੀਮਤਾਂ ਦੀ ਗੱਲ ਕਰਕੇ ਗਏ ਆ, ਕਦਰਾਂ ਕੀਮਤਾਂ ਡਿੱਗ ਗਈਆਂ, ਬਈ ਕਦਰਾਂ ਕੀਮਤਾਂ ਵੀ ਡਿੱਗੀਆਂ, ਲੇਕਿਨ ਸਭ ਤੋਂ ਵੱਡੀ ਜਿਹੜੀ ਚੀਜ਼ ਡਿੱਗੀ ਹੈ ਉਹ ਬਾਤਚੀਤ ਦੇ ਤੌਰ ਤਰੀਕੇ 'ਚ ਗਿਰਾਵਟ ਆ। ਅੱਜ ਜਿਹੜਾ ਪੋਲੀਟਿਕਸ, ਜਿਹੜਾ ਪਾਰਲੀਮੈਂਟਰੀ ਡੈਮੋਕ੍ਰੇਸੀ ਹੈ, ਇਹਦੇ 'ਚ ਹਮੇਸ਼ਾ ਡਿਸਕਸ਼ਨ ਔਰ ਡਿਬੇਟ ਵਾਸਤੇ ਸਥਾਨ ਹੈ। ਮੈਂ ਪਹਿਲਾਂ ਗੱਲ ਕੀਤੀ ਵਿਚਾਰਾਂ ਦੀ ਭਿੰਨਤਾ ਹੋਣੀ ਚਾਹੀਦੀ ਹੈ, ਲੇਕਿਨ ਲਫ਼ਜ਼ ਤੁਹਾਡੇ ਕੀ ਹੋਣੇ ਹੈ, ਤੁਹਾਡੀ ਭਾਸ਼ਾ ਕਿਆ ਹੋਣੀ ਹੈ। ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ, ਮੈਨੂੰ ਮਾਫ਼ ਕਰਨਗੇ ਸਾਰੇ ਜਿਹੜੇ ਸਾਹਮਣੇ ਮੇਰੇ ਦੋਸਤ ਬੈਠੇ ਹੈ, ਇਹ ਬਹੁਤਿਆਂ ਲੋਕਾਂ 'ਚ ਆ ਗਿਆ ਔਰ ਸਾਰੀਆਂ ਪਾਰਟੀਆਂ 'ਚ ਥੋੜ੍ਹੀ ਥੋੜ੍ਹੀ ਇਹ ਬਿਮਾਰੀ ਵੱਧਦੀ ਜਾਂਦੀ ਹੈ ਕਿ ਜੋ ਮੂੰਹ ਆਇਆ ਸਵੇਰੇ ਉੱਠ ਕੇ ਕਹਿ ਦਿਉ, ਜਿਹਨੂੰ ਜੋ ਮਰਜ਼ੀ ਕਹਿ ਦਿਉ, ਗੁੱਸੇ ਦਾ ਇਜ਼ਹਾਰ, ਨਾਰਾਜ਼ਗੀ ਦਾ ਇਜ਼ਹਾਰ, ਵਿਚਾਰਾਂ ਦੀ ਇਲਾਦਗੀ ਦਾ ਜਿਹੜਾ ਇਜ਼ਹਾਰ ਹੈ, ਉਹ ਚੰਗੇ ਸ਼ਬਦਾਂ 'ਚ ਵੀ ਮੈਂ ਸਮਝਦਾ ਬੜੇ ਜ਼ੋਰ ਨਾਲ ਕੀਤਾ ਜਾ ਸਕਦਾ। ਪਰ ਕਈ ਵਾਰੀ ਸਵੇਰੇ ਅਖਬਾਰ ਪੜ੍ਹ ਕੇ ਸਾਹਮਣੇ ਰੱਖਣ ਨੂੰ ਰੂਹ ਨਹੀਂ ਕਰਦੀ, ਫਿਰ ਇਹਨੂੰ ਪਾਸੇ ਰੱਖ ਦਈਏ, ਭਾਵੇਂ ਸਾਡਾ ਕੋਈ ਨੇੜੇ ਦਾ ਹੀ ਮਿੱਤਰ ਹੋਵੇ, ਸਾਡਾ ਕਿੰਨਾ ਹੀ ਕੋਈ ਕਰੀਬੀ ਕਿਉਂ ਨਾ ਹੋਵੇ। ਇਹ ਵੀ ਮੈਂ ਪ੍ਰਾਰਥਨਾ ਕਰਦਾ ਕਿ ਆਪਣੀ ਮਰਿਆਦਾ ਬਣਾਉਣ ਵਾਸਤੇ ਆਪਾਂ ਆਪਣੀ ਇੱਜ਼ਤ ਆਪ ਘਟਾ ਲਈ, ਆਪਾਂ ਆਪਣੀ ਬੁਕਤ ਨੂੰ ਆਪ ਘੱਟ ਕੀਤਾ। ਜਦੋਂ ਆਪਾਂ ਮਿਣਕ ਮਿਣੀ ਹੁੰਦੇ ਹਾਂ ਤਾਂ ਉਹਦਾ ਦਰਜਾ ਇੰਨਾ ਥੱਲੇ ਆ ਜਾਂਦਾ ਹੈ, ਫਿਰ ਲੋਕਾਂ 'ਚ ਭਾਵਨਾ ਜਾਂਦੀ ਹੈ ਕਿ ਸ਼ਾਇਦ ਇਹ ਸਾਰੇ ਸੱਚੀ ਮੁੱਖੀ ਇਹੋ ਜਿਹੀ ਹੋਣੀ। ਕਿਤੇ ਕਿਤੇ ਭਾਈ ਬਾਂਹ 'ਤੇ ਜੇ ਫੋੜਾ ਹੋ ਜਾਏ ਤਾਂ ਬਾਂਹ ਨਹੀਂ ਵੱਢ ਦੇਣੀ, ਫੋੜਾ ਠੀਕ ਕਰਨਾ ਹੈ। ਸੋ ਇਹ ਫੋੜੇ ਵੀ ਹੌਲੀ ਹੌਲੀ ਠੀਕ ਕਰਨੇ ਚਾਹੀਦੇ ਹੈ। ਇਹ ਤੌਰ ਤਰੀਕੇ ਤਾਂ ਚੌਧਰੀ ਸੰਤੋਖ ਸਿੰਘ ਬਹੁਤ ਬੜੇ ਸੀਨੀਅਰ ਸਾਡੇ ਹਰ ਤੌਰ ਤਰੀਕੇ ਨਾਲ ਹੈ, ਮੈਨੂੰ ਤਾਂ ਹਮੇਸ਼ਾ ਇਹਨਾਂ ਦਾ
ਵੱਡੇ ਭਰਾ ਦਾ ਆਸ਼ੀਰਵਾਦ ਮਿਲਿਆ, ਚੌਧਰੀ ਜਗਜੀਤ ਸਿੰਘ ਉਹਨਾਂ ਦਾ ਮਿਲਿਆ, ਹਮੇਸ਼ਾ ਸਿਰ 'ਤੇ ਹੱਥ ਰੱਖਿਆ। ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹੈ ਔਰ ਆਸ ਕਰਦਾ ਕਿ ਜੋ ਵੱਡਾ ਰੋਲ ਇਹ ਪਰਿਵਾਰ ਪੰਜਾਬ ਦੀ ਰਾਜਨੀਤੀ 'ਚ ਪਾਉਂਦਾ ਰਿਹਾ, ਇਹ ਐਵੇਂ ਨਹੀਂ ਹੈ ਸਾਰਾ ਕੁਛ, ਇਹ ਅਮੀਰ ਸੰਸਕਾਰ ਜਿਹੜੇ ਹੈ ਮਾਸਟਰ ਜੀ ਦੇ ਦਿੱਤੇ ਹੋਏ ਆ ਇਸ ਪਰਿਵਾਰ ਨੂੰ। ਇਹ ਜ਼ਿਕਰ ਕਰਦੇ ਸੀ ਵੀ 38 ਸਾਲ ਹੋ ਗਏ, ਅਜੇ 38ਵੀਂ ਬਰਸੀ ਅਸੀਂ ਮਨਾ ਰਹੇ ਹੈ, ਐਵੇਂ ਨਹੀਂ ਮਨਾ ਰਹੇ, ਇਹ ਅਮੀਰ ਜਿਹੜੇ ਸੰਸਕਾਰ ਮਾਸਟਰ ਜੀ ਦੇ ਦਿੱਤੇ ਹੋਏ ਆ ਪਰਿਵਾਰ ਨੂੰ, ਉਹਨਾਂ ਸੰਸਕਾਰਾਂ 'ਤੇ ਚੱਲਦਿਆਂ ਅੱਜ ਵੀ ਇਹ ਪਰਿਵਾਰ ਜਿਹੜਾ ਹੈ ਉਹ ਬਹੁਤ ਵੱਡਾ ਰੋਲ ਜਿੱਥੇ ਸੂਬੇ ਦੀ ਰਾਜਨੀਤੀ 'ਚ ਪਾ ਰਿਹਾ, ਉੱਥੇ ਮੁਲਕ ਦੀ ਰਾਜਨੀਤੀ 'ਚ ਚੌਧਰੀ ਸੰਤੋਖ ਹੋਣੀ ਰਾਹੁਲ ਗਾਂਧੀ ਜੀ ਦੇ ਨਾਲ ਬੈਠ ਕੇ ਮੁਲਕ ਦੀ ਪਾਰਲੀਮੈਂਟ ਦੇ ਅੰਦਰ ਬੈਠ ਕੇ ਪੰਜਾਬ ਦੀ ਅਤੇ ਮੁਲਕ ਦੀ ਸੇਵਾ ਕਰ ਰਹੇ ਹੈ। ਇਹ ਵੀ ਜਿਹੜੀ ਦੇਣ ਹੈ ਇਹ ਵੀ ਮਾਸਟਰ ਜੀ ਦੀ ਦੇਣ ਹੈ। ਮੈਂ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਦਾ ਹੋਇਆ ਆਪਣੀ ਵੱਲੋਂ ਭਰਪੂਰ ਸ਼ਰਧਾ ਦੇ ਫੁੱਲ ਭੇਂਟ ਕਰਦਾ ਕਿ ਉਹ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਨੂੰ ਵੀ ਸਾਰਿਆਂ ਨੂੰ ਇਹ ਸਮਤ ਦੇਣ ਕਿ ਅਸੀਂ ਵੀ ਚੰਗੀ ਸੋਚ ਔਰ ਸਮਝ ਦੇ ਨਾਲ ਆਪਣੇ ਸੂਬੇ ਦੀ ਸੇਵਾ ਕਰ ਸਕੀਏ, ਆਪਣੇ ਦੇਸ਼ ਦੀ ਸੇਵਾ ਕਰ ਸਕੀਏ। ਬਹੁਤ ਬਹੁਤ ਧੰਨਵਾਦ। ਜੈ ਹਿੰਦ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਾਨਯੋਗ ਰਾਣਾ ਕੇਪੀ ਸਿੰਘ ਜੀ, ਸਪੀਕਰ ਪੰਜਾਬ ਵਿਧਾਨ ਸਭਾ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਬਹੁਤ ਵਧੀਆ ਬੋਲਣ ਵਾਲੇ ਹੈ ਔਰ ਉਹਨਾਂ ਨੇ ਆਪਣੇ ਦਿਲ ਦੀਆਂ ਜਿਹੜੀਆਂ ਬਾਤਾਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸਾਡੇ ਦਰਮਿਆਨ ਭੈਣ ਸੁਰਿੰਦਰ ਕੌਰ ਜੀ, ਸੀਨੀਅਰ ਡਿਪਟੀ ਮੇਅਰ ਜਲੰਧਰ ਮਿਊਂਸੀਪਲ ਕਾਰਪੋਰੇਸ਼ਨ, ਜਸਲੀਨ ਨਾਲ ਬੈਠੀ ਹੈ, ਡਾਕਟਰ ਗਿੱਲ ਜੀ, ਪ੍ਰਿੰਸੀਪਲ ਸੈਲੀ ਸਾਹਿਬ, ਬਹੁਤ ਪਤਵੰਤੇ ਸੱਜਣ ਸਾਰੇ ਬੈਠੇ ਹੈ, ਪਰ ਵਕਤ ਦੀ ਘਾਟ ਕਰਕੇ ਮੈਂ ਸਾਰਿਆਂ ਦਾ ਜ਼ਿਕਰ ਨਹੀਂ ਕਰ ਸਕਦਾ, ਮੈਨੂੰ ਮਾਫ਼ ਕਰਨਾ। ਹੁਣ ਮੈਂ ਆਖਰ 'ਚ ਬੇਨਤੀ ਕਰਾਂਗਾ ਮਾਨਯੋਗ ਚੌਧਰੀ ਸੰਤੋਖ ਸਿੰਘ ਜੀ, ਮੈਂਬਰ ਪਾਰਲੀਮੈਂਟ ਲੋਕ ਸਭਾ, ਉਹ ਆਉਣ ਔਰ ਆ ਕੇ ਧੰਨਵਾਦ ਕਰਨ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ। ਮਾਨਯੋਗ ਚੌਧਰੀ ਸੰਤੋਖ ਸਿੰਘ ਜੀ, ਮੈਂਬਰ ਪਾਰਲੀਮੈਂਟ। ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਹਾਜ਼ਰੀ 'ਚ ਇਕੱਤਰ ਸਤਿਕਾਰਯੋਗ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਸਟਰ ਗੁਰਵੰਤਾ ਸਿੰਘ, ਮੇਰੇ ਵਾਲਦ, ਉਹਨਾਂ ਦੀ 38ਵੀਂ ਬਰਸੀ 'ਤੇ ਤੁਸੀਂ ਸਾਰੇ ਸਾਡੇ ਸੱਦੇ 'ਤੇ ਇੱਥੇ ਆਏ ਹੋ, ਮੈਂ ਉਸਦਾ ਧੰਨਵਾਦ ਕਰਨ ਵਾਸਤੇ ਖੜ੍ਹਾ ਹੋਇਆ। ਔਰ ਮਾਸਟਰ ਜੀ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਮੇਰੇ ਸਾਥੀਆਂ ਨੇ ਕੀਤੀਆਂ। ਮਾਸਟਰ ਜੀ ਨੇ ਪਹਿਲਾ ਇਲੈਕਸ਼ਨ 1938 'ਚ ਲੜਿਆ ਔਰ ਪਹਿਲੀ ਜਿਹੜੀ ਸੇਵਾ ਸਮਾਜ ਦੇ, ਗਰੀਬਾਂ ਦੀ, ਉਹ ਬਤੌਰ ਮੈਂਬਰ ਡਿਸਟ੍ਰਿਕਟ ਬੋਰਡ, ਉਦੋਂ ਗਵਰਨਮੈਂਟ ਜਿਹੜੀ ਡਿਸਟ੍ਰਿਕਟ ਬੋਰਡ ਮੈਂਬਰ ਬਣਾਉਂਦੀ ਸੀ, ਬ੍ਰਿਟਿਸ਼ ਸਰਕਾਰ ਸੀ, ਤਾਂ ਉਹਨਾਂ ਨੇ ਆਰੰਭੀ। ਔਰ ਅੱਜ ਆਪਾਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ, ਸਕੋਲਰਸ਼ਿਪਸ ਦੀ ਗੱਲ ਕਰਦੇ ਹਾਂ, ਹੋਰ ਕਰਦੇ ਹਾਂ, ਤਾਂ ਪਹਿਲੀ ਦਫ਼ਾ ਉਸ ਵਕਤ ਜ਼ਿਲ੍ਹਾ ਜਲੰਧਰ ਦੇ ਜਿਹੜੇ ਸਕੂਲ ਸੀ ਉਹਨਾਂ ਵਿੱਚ ਗਰੀਬ ਬੱਚਿਆਂ ਔਰ ਦਲਿਤ ਬੱਚਿਆਂ ਦੀ ਫੀਸ ਮਾਫ਼ ਸ਼ੁਰੂ ਕਰਾਈ 1938-39 ਦੇ ਵਿੱਚ। ਮਤਲਬ ਮੁੰਡ ਤੋਂ ਹੀ ਇਹ ਉਹਨਾਂ ਨੇ ਕੰਮ ਉਹਨਾਂ ਨੇ ਆਰੰਭਿਆ। 1946 'ਚ ਜਿਹੜਾ ਜਨਰਲ ਜਦੋਂ ਇਲੈਕਸ਼ਨ ਹੋਇਆ ਉਸ ਵਿੱਚ ਉਹ ਮੈਂਬਰ ਚੁਣੇ ਗਏ। ਔਰ ਜਿਸ ਤਰ੍ਹਾਂ ਗੱਲਾਂ ਦੇਸ਼ ਦੀਆਂ ਹੋਈਆਂ, ਦੇਸ਼ ਦੀ ਵੰਡ ਦੀ ਹੋਈਆਂ, ਬਹੁਤ ਸਾਰੇ ਐਸੇ ਉਹਨਾਂ ਦੀ ਜ਼ਿੰਦਗੀ ਦੇ ਇੰਸਟਾਂਸਿਸ ਹੈ ਜਿਹੜੇ ਕਿ ਉਹਨਾਂ ਨੇ ਬੋਲਡ ਫੈਸਲੇ ਜਿਹੜੇ ਲਏ ਉਹਨਾਂ ਦੇ ਨਾਲ ਸੱਚਮੁੱਚ ਦੇਸ਼ ਦੀ ਜਿਹੜੀ ਬਣਤਰ ਹੈ ਉਸ ਵਿੱਚ ਫਰਕ ਪਿਆ। ਸਪੀਕਰ ਸਾਹਿਬ, ਉਸ ਵਕਤ 1946 'ਚ ਦੇਸ਼ ਦੀ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਦੀ ਯੂਨੀਅਨਿਸਟ ਪਾਰਟੀ ਦੀ ਗਵਰਨਮੈਂਟ ਸੀ ਔਰ ਸਰ ਖਿਜ਼ਰ ਰਿਆਤ ਖਾਨ ਟਿਵਾਣਾ ਚੀਫ ਮਿਨਿਸਟਰ ਸਨ। ਦੇਸ਼ ਦੀ ਵੰਡ ਤੋਂ ਪਹਿਲਾਂ ਮੁਸਲਿਮ ਲੀਗ ਪਾਰਟੀ ਜਿਹੜੀ ਉਹ ਉਹਨਾਂ ਦੀ ਸਰਕਾਰ ਨੂੰ ਡੇਗਣਾ ਚਾਹੁੰਦੀ ਸੀ ਔਰ ਮਾਸਟਰ ਜੀ ਦੇ ਨਾਲ
5 ਹੋਰ ਐਮਐਲਏ ਸੀ, ਬਾਬੂ ਮੰਗੂ ਰਾਮ, ਸੰਤ ਰਾਮ, ਉਹਨਾਂ ਦਾ ਗਰੁੱਪ ਸੀ। ਤਾਂ ਮੁਸਲਿਮ ਲੀਗ ਦੇ ਲੀਡਰਸ਼ਿਪ ਨੇ ਬੜੀ ਕੋਸ਼ਿਸ਼ ਕੀਤੀ ਕਿ ਇਹ ਜਿਹੜੇ 5 ਐਮਐਲਏ ਹੈ ਇਹਨਾਂ ਨੂੰ ਆਪਣੇ ਵੱਲ ਸਪੋਰਟ ਲੈ ਲਈ ਜਾਏ। ਔਰ ਇੱਕ ਬਹੁਤ ਸਾਡੇ ਸਮਾਜ ਦੇ ਵੱਡੇ ਲੀਡਰ, ਉਹਨਾਂ ਦੀ ਵੀ ਉਹਨਾਂ ਨੇ ਮਦਦ ਲਈ, ਉਸ ਪਾਰਟੀ ਦੀ ਮਦਦ ਲਈ। ਪਰ ਮਾਸਟਰ ਜੀ ਨੇ ਔਰ ਲਾਲਚ ਵੀ ਦਿੱਤਾ ਕਿ ਤੁਸੀਂ ਫੈਡਰਲ ਗਵਰਨਮੈਂਟ 'ਚ ਮਿਨਿਸਟਰ ਹੋਵੋਗੇ ਔਰ ਜਿਹੜੇ ਤੁਹਾਡੇ 4 ਦੂਸਰੇ ਐਮਐਲਏ ਉਹਨਾਂ ਨੂੰ ਸਟੇਟ ਗਵਰਨਮੈਂਟ 'ਚ ਮਿਨਿਸਟਰ ਬਣਾਵਾਂਗੇ। ਔਰ 25 ਮਰੱਬੇ ਜ਼ਮੀਨ, ਇਹ ਲਿਖਤੀ ਹੈ, ਸਾਡੇ ਕੋਲ ਰਿਕਾਰਡ ਹੈ ਜਿਹੜਾ, 25 ਮਰੱਬੇ ਮਕੀ ਜ਼ਮੀਨ ਜਿਹੜੀ ਤੁਹਾਨੂੰ ਦੇਵਾਂਗੇ। ਪਰ ਇਸ ਦੇ ਪਿੱਛੇ ਜੋ ਮੋਟਿਵ ਸੀ ਉਹਨਾਂ ਦਾ ਕਿ ਮੁਸਲਿਮ ਲੀਗ ਆਪਣੀ ਸਰਕਾਰ ਬਣਾ ਕੇ, ਕਿਉਂਕਿ ਡੀਲਿਮੀਟੇਸ਼ਨ ਹੋਣੀ ਸੀ, ਤਾਂ ਉਹ ਪੰਜਾਬ ਦੀ ਅਸੈਂਬਲੀ 'ਚ ਰੈਜੂਲੇਸ਼ਨ ਲਿਆਉਣਾ ਚਾਹੁੰਦੇ ਸੀ ਕਿ ਜਿਹੜਾ ਪੰਜਾਬ ਹੋਏਗਾ, ਪਾਕਿਸਤਾਨ ਵਾਲਾ ਜਿਹੜਾ ਪੰਜਾਬ ਹੋਏਗਾ, ਉਸ ਦੀ ਹੱਦ ਅੰਬਾਲੇ ਤੱਕ ਹੋਏਗੀ। ਆਹ ਜਿਹੜਾ ਸਾਡਾ ਪੰਜਾਬ ਹੈ ਹੁਣ ਜਿੱਥੇ ਆਪਾਂ ਵੱਸ ਰਹੇ ਹਾਂ, ਉਹ ਉਸਨੂੰ ਪਾਕਿਸਤਾਨ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਸੀ। ਸੋ ਮਾਸਟਰ ਜੀ ਨੇ ਉਹ ਉਹਨਾਂ ਦੀ ਜਿਹੜੀ ਮੰਗ ਸੀ ਠੁਕਰਾਈ, ਬੜੇ ਮਜ਼ਬੂਤੀ ਨਾਲ ਠੁਕਰਾਈ। ਡਿਸਪਲੇਅਰ ਵੀ ਲਿਆ ਕੁਛ ਸਾਥੀਆਂ ਦਾ, ਪਰ ਉਹਨਾਂ ਨੇ ਕਿਹਾ ਨਹੀਂ, ਮੈਂ ਆਪਣੇ ਦੇਸ਼ ਨਾਲ ਗਦਾਰੀ ਨਹੀਂ ਕਰ ਸਕਦਾ, ਮੈਂ ਆਪਣੇ ਇਲਾਕੇ ਨਾਲ ਗਰਦਾਰੀ ਨਹੀਂ ਕਰ ਸਕਦਾ, ਨਾ ਹੀ ਮੈਂ, ਮੇਰੇ ਐਮਐਲਏ ਜਿਹੜੇ ਮੇਰੇ ਸਾਥੀ ਹੈ ਜਿਨ੍ਹਾਂ ਦਾ ਮੈਂ ਲੀਡਰ ਹੈ, ਉਹ ਕਰਨਗੇ। ਸੋ ਇੱਕ ਐਸਾ ਫੈਸਲਾ ਸੀ, ਮੈਂ ਸਮਝਦਾ ਕਿ ਅਗਰ ਕੋਈ ਹੋਰ ਹੁੰਦਾ ਤਾਂ ਉਹ ਫੈਸਲਾ ਲੈ ਲੈਂਦਾ ਅਤੇ ਯੂਨੀਅਨਿਸਟ ਪਾਰਟੀ ਦੀ ਸਰਕਾਰ ਡਿੱਗ ਜਾਂਦੀ, ਮੁਸਲਿਮ ਲੀਗ ਦੀ ਸਰਕਾਰ ਬਣਦੀ, ਅਸੈਂਬਲੀ ਦੇ ਵਿੱਚ ਰੈਜੂਲੇਸ਼ਨ ਹੁੰਦਾ, ਇੱਕ ਮੁੱਦਾ ਬਣ ਜਾਂਦਾ ਕਿ ਜਿਹੜੀ ਹੱਦ ਹੈ ਪੰਜਾਬ ਦੀ ਪਾਕਿਸਤਾਨ ਦੀ ਉਹ ਮਾੜੇ ਤੱਕ ਹੁੰਦੀ, ਅਸੀਂ ਪਾਕਿਸਤਾਨ ਦੇ ਵਿੱਚ ਹੁੰਦੇ। ਇੱਕ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਦੱਸਿਆ, ਜਿਹੜੇ ਉਹਨਾਂ ਦੇ ਫੈਸਲੇ, ਬੋਲਡ ਜਿਹੜੇ ਫੈਸਲੇ ਲਏ, ਜਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਬਣੇ, ਉਸ ਤੋਂ ਪਹਿਲਾਂ ਸੱਚਰ ਸਾਹਿਬ ਭੀਮ ਸੈਨ ਸੱਚਰ ਦੀ ਸਰਕਾਰ 'ਚੋਂ ਐਗਰੀਕਲਚਰ ਮਿਨਿਸਟਰ ਸਨ। ਤਾਂ ਜਦੋਂ ਉਹ ਚੀਫ ਮਿਨਿਸਟਰ ਬਣੇ, ਮਾਸਟਰ ਜੀ ਨੂੰ ਉਹਨੇ ਆਪਣੀ ਕੈਬਨਿਟ 'ਚ ਵਿੱਚ ਲਿਆ ਅਤੇ ਉਹਨਾਂ ਨੇ ਮਾਸਟਰ ਜੀ ਨੂੰ ਕਿਹਾ ਵੀ ਮੈਂ ਸਾਰੇ ਮਿਨਿਸਟਰਾਂ ਵੱਲ ਦੇਖਿਆ, ਪਰ ਮੈਂ ਸਮਝਦਾ ਕਿ ਅਗਰ ਖੇਤੀਬਾੜੀ ਜਿਹੜੀ ਹੈ ਇਸ ਨੂੰ ਜੋ ਮੈਂ ਮੇਰਾ ਸੁਪਨਾ ਅੱਗੇ ਲਿਆ ਸਕਦੇ ਤਾਂ ਤੁਸੀਂ ਲਿਆ ਸਕਦੇ। ਤਾਂ ਮਾਸਟਰ ਜੀ ਨੂੰ ਐਗਰੀਕਲਚਰ ਐਂਡ ਫੋਰੈਸਟ ਮਿਨਿਸਟਰ ਉਹਨੇ ਬਣਾਇਆ। ਔਰ ਸਾਡੇ ਕੋਲ ਪੁਰਾਣੀਆਂ ਕਲਿਪਿੰਗਸ ਆ ਫੈਮਿਲੀ ਕੋਲ ਅਖਬਾਰਾਂ ਦੀਆਂ, ਜਦੋਂ ਨਾਰਾ ਲੱਗਾ ਕਿ ਅਸੀਂ ਡਬਲ ਪ੍ਰੋਡਕਸ਼ਨ ਕਰਾਂਗੇ ਪੰਜਾਬ ਦੀ ਸਰਕਾਰ ਵੱਲੋਂ, ਤਾਂ ਬਹੁਤ ਸਾਰੀਆਂ ਦੂਸਰੇ ਸਟੇਟਸ ਦੇ ਚੀਫ ਮਿਨਿਸਟਰਸ, ਉਹਨਾਂ ਦੇ ਮਿਨਿਸਟਰਸ ਦੀਆਂ ਸਟੇਟਮੈਂਟਸ ਹੈ ਕਿ ਇਹ ਪੰਜਾਬ ਦੇ ਜਿਹੜੇ ਮੰਤਰੀ ਹੈ, ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ, ਇਹ ਕਮਲਾ ਹੋ ਗਿਆ ਕਿ ਡਬਲ ਪ੍ਰੋਡਕਸ਼ਨ ਕਿਸ ਤਰ੍ਹਾਂ ਹੋ ਸਕਦੀ, ਯੱਕ ਲਖਤ ਕਿਸ ਤਰ੍ਹਾਂ ਹੋ ਸਕਦੀ। ਪਰ ਉਹਨਾਂ ਨੇ ਕਰਕੇ ਦਿਖਾਈ। ਇੱਥੇ ਨਾਲ ਹੀ ਕਲਿਆਣਪੁਰ ਪਿੰਡ ਹੈ, ਆ ਲੰਬੜਾ ਥਾਣੇ 'ਚ, ਇੱਥੇ ਦੇ ਡਾਕਟਰ ਕਲਿਆਣ ਅਮੈਰੀਕਾ 'ਚ ਐਗਰੀਕਲਚਰ ਦੇ ਸਾਇੰਟਿਸਟ ਬਹੁਤ ਵੱਡੇ ਸੀ, ਉਹਨਾਂ ਨੂੰ ਸਪੀਕਰ ਸਾਹਿਬ ਲਿਆਂਦਾ ਮਾਸਟਰ ਜੀ ਨੇ, ਆ ਨਾਲ ਦਾ ਪਿੰਡ ਹੀ ਸਾਡੇ ਨਾਲ ਦਾ ਪਿੰਡ ਹੈ। ਉਹਨਾਂ ਨੇ ਰਿਸਰਚ ਕਰਕੇ ਜਿਹੜੀ ਕਲਿਆਣ ਬੀਜ ਜਿਹੜਾ ਬੀਜ ਹੈ ਬਣਿਆ, ਉਹ ਉਹਨਾਂ ਦੀ ਰਿਸਰਚ ਸੀ, ਡਾਕਟਰ ਕਲਿਆਣ ਦੀ, ਕਲਿਆਣ ਬੀਜ ਬਣਿਆ। ਫਿਰ ਮੈਕਸੀਕਨ ਬੀਜ ਮੈਕਸੀਕੋ ਤੋਂ ਇੰਪੋਰਟ ਕੀਤਾ ਅਤੇ ਇਸ ਤਰ੍ਹਾਂ ਦੇ ਬੀਜ ਲਿਆ ਕੇ ਔਰ ਜਿਹੜੇ ਫਰਟੀਲਾਈਜ਼ਰ ਹੈ ਉਹ ਇੰਟਰੋਡਿਊਸ ਕਰਕੇ ਪੰਜਾਬ ਨੇ ਪਹਿਲਾ ਸੂਬਾ ਸੀ ਹਿੰਦੁਸਤਾਨ ਦਾ ਜਿਸਨੇ ਡਬਲ ਪ੍ਰੋਡਕਸ਼ਨ ਕਰਕੇ ਦਿਖਾ ਦਿੱਤੀ। ਸੋ ਇਹ ਇੱਕ ਵੱਡੇ ਜਿਹੜੇ ਫੈਸਲੇ ਹੈ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ, ਇਸ ਤਰ੍ਹਾਂ ਦੇ ਅਨੇਕਾਂ ਹੀ ਬਹੁਤ ਵੱਡੇ ਫੈਸਲੇ ਜਿਹੜੇ ਉਹਨਾਂ ਨੇ ਲਏ, ਕਿਉਂਕਿ ਮੁੱਢਲੀ ਸਿੱਖਿਆ ਲੈਣ ਵਿੱਚ ਉਹਨਾਂ ਨੂੰ ਖੁਦ ਮੁਸ਼ਕਲਾਂ ਆਈਆਂ ਸੀ, ਤਾਂ ਉਹਨਾਂ ਦਾ ਜਿਹੜਾ ਪ੍ਰਾਇਓਰਟੀ ਰਹਿੰਦੀ ਸੀ ਹਮੇਸ਼ਾ ਐਜੂਕੇਸ਼ਨ ਰਹਿੰਦੀ ਸੀ, ਔਰ ਉਸ ਵਕਤ ਐਜੂਕੇਸ਼ਨ ਮਿਲਦੀ ਨਹੀਂ ਸੀ। ਸਭ ਤੋਂ ਪਹਿਲਾਂ ਰੰਧਾਵਾ ਮਸੰਦਾ ਵਿੱਚ ਇੱਕ ਸਕੂਲ ਖੋਲ੍ਹਿਆ, ਹਾਈ ਸਕੂਲ, ਲਾਂਬੜਾ ਵਿੱਚ ਸਕੂਲ ਖੋਲ੍ਹਿਆ, ਗਾਖਲਾਂ ਵਿੱਚ ਸਕੂਲ ਖੋਲ੍ਹਿਆ, ਆ ਜਿਹੜਾ ਕ੍ਰਿਸ਼ਨਪੁਰਾ ਗੁਰੂ ਰਵਿਦਾਸ ਜਿਹੜਾ ਸਕੂਲ ਹੈ ਉਹ ਖੁੱਲ੍ਹੇ। ਉਹ ਸਕੂਲ ਖੋਲ੍ਹ ਕੇ ਜਿਹੜੇ ਬੱਚੇ ਗਰੀਬ ਸੀ, ਜਿਹੜੇ ਸਿੱਖਿਆ ਨਹੀਂ ਸੀ ਲੈ ਸਕਦੇ, ਉਹਨਾਂ ਨੂੰ ਪ੍ਰਾਈਵੇਟ ਤੌਰ 'ਤੇ ਇਹਨਾਂ ਸਕੂਲਾਂ ਵਿੱਚ ਉਹਨਾਂ ਨੇ ਸਿੱਖਿਆ ਦਿੱਤੀ, ਔਰ ਫਿਰ
ਗਵਰਨਮੈਂਟ ਏਡਡ ਦੀ ਸਕੀਮ ਵਿੱਚ ਲਿਆਂਦੇ, ਉਹਨਾਂ ਦਾ ਸੁਪਨਾ ਸੀ ਫਿਰ ਜਨਤਾ ਕਾਲਜ ਕਰਤਾਰਪੁਰ ਖੋਲਿਆ, ਟੈਕਨੀਕਲ ਕਾਲਜ ਜਿਹੜਾ ਫਗਵਾੜੇ ਵੇਲੇ ਟੈਕਨੀਕਲ ਕਾਲਜ ਚੱਲ ਰਿਹਾ ਉਹ ਖੋਲਿਆ। ਸੋ ਇਹ ਇਹ ਉਹਨਾਂ ਦੇ ਜਿਹੜੇ ਵੱਖ ਵੱਖ ਜਿਹੜੇ ਫੀਲਡ ਦੇ ਵਿੱਚ ਜਿਹੜੇ ਕੰਮ ਸੀ, ਔਰ ਹਮੇਸ਼ਾ ਦ੍ਰਿੜ ਇਰਾਦਾ, ਹਮੇਸ਼ਾ ਗਰੀਬਾਂ ਦੀ ਸੇਵਾ ਕਰਨੀ, ਕਿਸਾਨੀ ਨੂੰ ਅੱਗੇ ਲਿਜਾਣਾ, ਇਹ ਸਾਰੇ ਪ੍ਰੋਗਰਾਮ ਉਹਨਾਂ ਨੇ ਜ਼ਿੰਦਗੀ ਵਿੱਚ ਹਮੇਸ਼ਾ ਉਹਨਾਂ ਨੇ ਕੀਤੇ। ਔਰ ਇਸੇ ਕਰਕੇ 1972 ਵਿੱਚ ਜਿਹੜਾ ਲਾਸਟ ਉਹਨਾਂ ਦਾ ਇਲੈਕਸ਼ਨ ਸੀ, 1972 ਵਿੱਚ ਜਦੋਂ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਟਿਕਟ ਦਿੱਤਾ, ਅਤੇ ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਸੀ, ਇੱਕ ਕਮਿਊਨਿਸਟ ਪਾਰਟੀ ਦੇ ਕੈਂਡੀਡੇਟ ਸੀ, ਦੋਨੋਂ ਵਿਦਡਰਾਅ ਕਰ ਗਏ। ਉਹਨਾਂ ਨੇ ਕਿਹਾ ਵੀ ਇਹ ਮਾਸਟਰ ਗੁਰਬੰਤ ਸਿੰਘ ਦੀ ਐਸੀ ਸ਼ਖਸੀਅਤ ਹੈ, ਅਸੀਂ ਇਹਨਾਂ ਦੇ ਖਿਲਾਫ ਇਲੈਕਸ਼ਨ ਨਹੀਂ ਲੜਨਾ। ਸਿੰਬਲ ਆਏ, ਸਾਰਾ ਕੁਛ ਹੋਇਆ, ਮੈਨੂੰ ਯਾਦ ਹੈ ਉਹ ਦੋਨੋਂ ਵਿਦਡਰਾਅ ਕਰਕੇ ਮਾਸਟਰ ਜੀ ਲਾਸਟ ਇਲੈਕਸ਼ਨ ਅਨਅਪੋਜ਼ਡ ਉਹ ਹੋਏ। ਔਰ ਫਿਰ ਗਿਆਨੀ ਜੈਲ ਸਿੰਘ ਦੀ ਮਿਨਿਸਟਰੀ 'ਚ ਵੀ ਐਗਰੀਕਲਚਰ, ਕਿਉਂਕਿ ਲੰਬਾ ਸਮਾਂ ਉਹਨਾਂ ਕੋਲ ਐਗਰੀਕਲਚਰ ਦਾ ਮਹਿਕਮਾ ਰਿਹਾ, ਥੋੜ੍ਹਾ ਅਰਸਾ ਕਮਿਊਨਿਟੀ ਡਿਵੈਲਪਮੈਂਟ ਵੀ ਰਿਹਾ, ਜਿਹੜੀ ਪੰਚਾਇਤੀ ਰਾਜ ਦਾ ਜਿਹੜਾ ਪਹਿਲਾ ਐਕਟ, ਇੱਕ ਆ ਜਿਹੜਾ 74ਵੀਂ ਸੋਧ ਤੋਂ ਪਹਿਲਾਂ ਜਿਹੜਾ ਪੰਚਾਇਤੀ ਰਾਜ ਦਾ ਐਕਟ ਬਣਿਆ, ਉਦੋਂ ਮਾਸਟਰ ਗੁਰਬੰਤ ਸਿੰਘ ਜਿਹੜੇ ਪੰਚਾਇਤਾਂ ਦੇ ਵਜ਼ੀਰ ਸਨ, ਕਮਿਊਨਿਟੀ ਡਿਵੈਲਪਮੈਂਟ ਉਸ ਮਹਿਕਮਾ ਕਿਹਾ ਜਾਂਦਾ ਸੀ, ਕਮਿਊਨਿਟੀ ਡਿਵੈਲਪਮੈਂਟ ਐਂਡ ਪੰਚਾਇਤ, ਉਹਨਾਂ ਨੇ ਇੰਟਰੋਡਿਊਸ ਕੀਤਾ। ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਨੇ ਬਤੌਰ ਉਹ ਜਿਹੜਾ ਐਕਟ ਲਾਗੂ ਕੀਤਾ, ਔਰ ਜਦੋਂ ਸਰਦਾਰ ਬੇਅੰਤ ਸਿੰਘ ਜੀ ਬਣੇ ਤਾਂ ਜਿਹੜੀ 74ਵੀਂ 75ਵੀਂ ਸੋਧ ਉਹ ਮੈਂ ਬਤੌਰ ਪੰਚਾਇਤਾਂ ਦਾ ਮਿਨਿਸਟਰ ਮੈਂ ਪੰਜਾਬ ਵਿੱਚ ਇੰਟਰੋਡਿਊਸ ਕੀਤਾ, ਰਾਣਾ ਜੀ ਜਾਣਦੇ ਸਪੀਕਰ ਸਾਹਿਬ। ਸੋ ਇਹ ਸਾਰੀਆਂ ਗੱਲਾਂ ਅਗਰ ਕਹੀਆਂ ਜਾਣ ਤਾਂ ਮਾਸਟਰ ਜੀ ਦੀ ਜਿਹੜੀ ਜ਼ਿੰਦਗੀ ਸੀ ਇੱਕ ਕਿਤਾਬ ਸੀ, ਮਾਸਟਰ ਜੀ ਇੱਕ ਚੈਪਟਰ ਸੀ, ਕੋਈ ਆਰਡੀਨਰੀ ਸ਼ਖਸੀਅਤ ਨਹੀਂ ਸੀ, ਵਾਜ਼ ਅ ਚੈਪਟਰ, ਇੱਕ ਇੰਸਟੀਟਿਊਸ਼ਨ ਸੀ ਜਿਹੜੀ ਕਿ ਇੱਕ ਵੱਡਾ ਜਿਹੜਾ ਮੈਸੇਜ ਹੈ ਹਮੇਸ਼ਾ ਉਹ ਸਮਾਜ ਨੂੰ ਉਹ ਦਿੰਦੇ ਸੀ। ਔਰ ਸਾਨੂੰ ਹਮੇਸ਼ਾ ਸਾਰੇ ਪਰਿਵਾਰ ਨੂੰ ਉਹਨਾਂ ਨੇ ਇਹੀ ਸਿੱਖਿਆ ਦਿੱਤੀ ਕਿ ਕੋਈ ਜ਼ਿੰਦਗੀ 'ਚ ਲਾਲਚ ਨਹੀਂ ਕਰਨਾ, ਜ਼ਿੰਦਗੀ 'ਚ ਕਦੀ ਵੀ ਅਸੀਂ ਲਾਲਚ ਨਹੀਂ ਕੀਤਾ ਕੋਈ ਕੁਰਸੀ ਖਾਤਰ, ਔਰ ਕੁਰਸੀ ਅਗਰ ਮਿਲ ਜਾਏ ਤਾਂ ਜਿਸ ਤਰ੍ਹਾਂ ਮਾਸਟਰ ਗੁਰਬੰਤ ਸਿੰਘ ਜੀ ਦੀ ਚਿੱਟੀ ਚਾਦਰ, ਹਮੇਸ਼ਾ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਅਸੀਂ ਉਸਨੂੰ ਫੈਮਿਲੀ ਨੂੰ ਬਰਕਰਾਰ ਅਸੀਂ ਰੱਖੀਏ। ਚੌਰੀ ਜਗਜੀਤ ਸਿੰਘ ਬਣੇ ਔਰ ਮੈਨੂੰ ਵੀ ਮੌਕਾ ਮਿਲਿਆ, ਮੈਨੂੰ ਫਲੋਰ ਤੋਂ ਮਿਲਿਆ ਚੌਰੀ ਜਗਜੀਤ ਸਿੰਘ ਰਿਹਾ, ਤਾਂ ਮੈਨੂੰ ਯਾਦ ਹੈ ਜਦੋਂ ਪਹਿਲੀ ਜਦੋਂ ਮਾਸਟਰ ਜੀ ਦਾ ਦੇਹਾਂਤ ਹੋਇਆ ਸਪੀਕਰ ਸਾਹਿਬ, ਅਤੇ ਸਰਦਾਰ ਬੇਅੰਤ ਸਿੰਘ ਇੱਥੇ ਆਏ ਅਤੇ ਕੁਝ ਸਾਡੇ ਸਾਥੀ ਇਸ ਤਰ੍ਹਾਂ ਹੀ ਲੈਕਚਰ ਹੋਏ, ਇੱਕ ਸਾਡੇ ਸਾਥੀ ਨੇ ਇਨਡਾਇਰੈਕਟਲੀ ਕਿਹਾ ਕਿ ਤੁਸੀਂ ਦੋਨੋਂ ਹੀ ਭਰਾ ਜਿਹੜੇ ਅਕੋਮੋਡੇਟ ਕੀਤੇ ਹੈ, ਤਾਂ ਮੈਨੂੰ ਯਾਦ ਹੈ ਸਰਦਾਰ ਬੇਅੰਤ ਸਿੰਘ ਜੀ ਨੇ ਐਸੀ ਸਟੇਜ ਤੋਂ ਲੈਕਚਰ ਕਰਕੇ ਕਿਹਾ ਸੀ ਕਿ ਸਰਦਾਰ ਮਾਸਟਰ ਗੁਰਬੰਤ ਸਿੰਘ ਜੀ ਦੀ ਇੰਨੀ ਕੰਟਰੀਬਿਊਸ਼ਨ ਸੀ ਸਟੇਟ ਵਾਸਤੇ, ਸਮਾਜ ਵਾਸਤੇ, ਕੰਟਰੀ ਵਾਸਤੇ। ਅੱਜ ਮੈਂ ਚੌਰੀ ਜਗਜੀਤ ਸਿੰਘ ਔਰ ਚੌਰੀ ਸੰਤੋਖ ਸਿੰਘ ਨੂੰ ਦੋਨਾਂ ਨੂੰ ਆਪਣੀ ਕੈਬਨਿਟ ਵਿੱਚ ਲਿਆ, ਤਾਂ ਅਗਰ ਮੈਂ ਤੀਜਾ ਵੀ ਉਹਨਾਂ ਦਾ ਮਨ ਕੋ ਭਰਾ ਹੁੰਦਾ ਪੋਲੀਟਿਕਸ ਮੈਂ ਹੁਣ ਵੀ ਲੈਂਦਾ, ਇਹ ਲਫ਼ਜ਼ ਉਹਨਾਂ ਨੇ ਕਹੇ ਸੀ। ਇਹ ਸਾਰਾ ਕੁਛ ਕਿਉਂ ਸੀ? ਕਿਉਂਕਿ ਮਾਸਟਰ ਗੁਰਬੰਤ ਸਿੰਘ ਜੀ ਦੇ ਦੱਸੇ ਹੋਏ ਤੇ ਅਸੀਂ ਰਸਤੇ 'ਤੇ ਚੱਲੇ, ਔਰ ਸਾਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਇੱਕ ਕੈਬਨਿਟ ਵਿੱਚ ਦੋਨਾਂ ਨੂੰ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ, ਪੰਜਾਬ ਦੀ ਜਿਹੜੀ ਸੇਵਾ ਕਰਨ ਦਾ ਮੌਕਾ ਮਿਲਿਆ। ਔਰ ਮੈਂ ਅੱਜ ਦੇ ਦਿਨ 'ਤੇ ਤੁਹਾਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਕਿ ਜੋ ਮਾਸਟਰ ਗੁਰਬੰਤ ਸਿੰਘ ਜੀ ਪੈੜਾਂ ਪਾ ਗਏ, ਜੋ ਵਿਚਾਰਧਾਰਾ, ਜਿਹੜੀ ਫਿਲਾਸਫੀ, ਆਈਡੀਓਲੋਜੀ, ਪਰਸਨਲ ਜੋ ਉਹ ਦੱਸ ਕੇ ਗਏ, ਕਿਉਂਕਿ ਹਮੇਸ਼ਾ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਵੀ ਉਹਨਾਂ ਨੇ ਕੰਮ ਕੀਤਾ, ਕਿੰਨਿਆਂ ਚੀਫ ਮਿਨਿਸਟਰਸ ਨਾਲ ਕੰਮ ਉਹਨਾਂ ਨੇ ਕੀਤਾ, ਔਰ ਵੱਡੇ ਵੱਡੇ ਫੈਸਲੇ ਉਹਨੇ ਲਏ, ਕਈ ਦਫ਼ਾ ਆਪਣੀ ਕੁਰਸੀ ਨੂੰ ਸੈਕਰੀਫਾਈਸ ਕਰਕੇ ਉਹਨਾਂ ਨੇ ਵੱਡੇ ਫੈਸਲੇ ਲਏ। ਭੀਮ ਸੈਨ ਸੱਚਰ ਦੀ ਕੈਬਨਿਟ ਵਿੱਚ ਉਹਨਾਂ ਨੂੰ ਕੈਬਨਿਟ ਦਾ ਮਿਨਿਸਟਰ ਬਣਾਇਆ ਜਾ ਰਿਹਾ ਸੀ, ਪਰ ਉਹਨਾਂ ਨੇ ਕਿਹਾ ਨਹੀਂ, ਮੈਨੂੰ ਕੈਬਨਿਟ ਰਹਿਣ ਦਿਓ, ਮੇਰੇ ਆਹ ਚਾਰ ਫੈਸਲੇ ਆ ਫੋਰ ਪੂਅਰ ਪੀਪਲ, ਫੋਰ ਡਾਊਨ ਟੂ ਅਰਥ, ਇਸ ਸਮਾਜ ਦੇ
ਇੰਤਕਾਲ ਰਾਜੀ ਐਕਟ ਜਿਹੜਾ ਕਿ ਦਲਿਤ ਸਮਾਜ ਦੇ ਬੰਦੇ ਨੂੰ ਕਿਸੇ ਨੂੰ ਆਪਣੇ ਨਾਂ 'ਤੇ ਜ਼ਮੀਨ ਹੀ ਨਹੀਂ ਸੀ ਖਰੀਦ ਸਕਦਾ, ਘਰ ਨਹੀਂ ਸੀ ਖਰੀਦ ਸਕਦਾ, ਅਤੇ ਇਟ ਵਾਜ਼ ਗੋਪੀ ਚੰਦ ਭਾਰਗਵ ਗਵਰਨਮੈਂਟ ਜਿਹਦੇ ਵਿੱਚ ਉਹ ਅਮੈਂਡਮੈਂਟ ਕਰਕੇ ਉਹ ਰਾਈਟ ਮਿਲਿਆ ਸੀ। ਸੋ ਇਸ ਤਰ੍ਹਾਂ ਦੇ ਫੈਸਲੇ ਕਈ ਦਫ਼ਾ ਉਹਨੇ ਕਿਹਾ ਮੈਨੂੰ ਆਹ ਕੁਰਸੀ ਨਹੀਂ ਚਾਹੀਦੀ, ਆਹ ਮੇਰੇ ਇਸ਼ੂਜ਼ ਹੈ, ਤੁਸੀਂ ਉਹਨਾਂ ਨੂੰ ਐਡਰੈਸ ਕਰੋ। ਔਰ ਮੈਂ ਬੜੇ ਮਾਣ ਨਾਲ ਕਹਿ ਸਕਦਾ ਵੀ ਕਈ ਦਫ਼ਾ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਅਸੀਂ ਵੀ ਆਪਣੀ ਗੌਰਮੈਂਟ 'ਚ ਕਈ ਵਾਰੀ ਚੀਫ ਮਿਨਿਸਟਰ ਦੇ ਮੋਹਰੇ ਰੱਖ ਦੇਈਦਾ ਕਿ ਆਹ ਸਾਡੇ ਆਹ ਇਸ਼ੂਜ਼ ਐਡਰੈਸ ਕਰ ਦਿਓ, ਸਾਨੂੰ ਆਹ ਕੁਰਸੀ ਰਹਿਣ ਦਿਓ। ਮੈਂ ਆਪਣੀ ਉਦਾਹਰਨ ਦੇਣਾ ਚਾਹੁੰਦਾ, ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਡਾਊਨ ਸਾਈਜ਼ ਹੋਇਆ ਸੀ ਤਾਂ ਉਸ ਵਕਤ ਮੈਨੂੰ ਡਾਊਨ ਸਾਈਜ਼ ਕੁਛ ਹੋਰ ਦੇਣਾ ਚਾਹੁੰਦੇ ਸੀ, ਪਰ ਮੈਂ ਉਹਨਾਂ ਨੂੰ ਸਟੇਟ ਵੇਖਿਆ ਕਿ ਮੈਨੂੰ ਕੁਛ ਨਹੀਂ ਚਾਹੀਦਾ, ਆਹ ਮੇਰੇ ਇਸ਼ੂ ਸੀ, ਕਾਈਂਡਲੀ ਐਡਰੈਸ ਦਿਸ ਇਸ਼ੂ। ਮੈਂ ਸਮਝੂਗਾ ਕਿ ਮੈਂ ਦੁਬਾਰਾ ਮਿਨਿਸਟਰ ਬਣ ਗਿਆ, ਕਿਉਂਕਿ ਉਦੋਂ ਥੋੜ੍ਹੀ ਮਿਨਿਸਟਰੀ ਕਰਨ ਦੀ ਚੋਇਸ ਆਪ ਵੀ ਸੀ, ਮੈਂ ਵੀ ਸੀ। ਸੋ ਵੋਲੰਟਰੀ ਅਸੀਂ ਕਈ ਦਫ਼ਾ ਇਸ ਤਰ੍ਹਾਂ ਦਾ ਕਰਦੇ ਹਾਂ, ਕਿਉਂ ਕਰਦੇ ਹਾਂ ਕਿ ਸਾਨੂੰ ਮਾਸਟਰ ਗੁਰਵੰਤਾ ਸਿੰਘ ਜੀ ਨੇ ਸਿੱਖਿਆ ਇਹ ਦਿੱਤੀ ਹੈ, ਸਾਨੂੰ ਦਿਸ਼ਾ ਹੈ, ਸਾਨੂੰ ਸੰਦੇਸ਼ ਉਹਨਾਂ ਦਾ ਮੈਸੇਜ ਇਹ ਹੈ ਕਿ ਤੁਸੀਂ ਲਾਈਫ ਵਿੱਚ ਆਹ ਕਰਨਾ। ਸੋ ਮੈਂ ਅੱਜ ਦੇ ਇਸ ਦਿਨ 'ਤੇ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਕਿ ਮੈਂ ਔਰ ਮੇਰੇ ਪਰਿਵਾਰ ਦੇ ਮੈਂਬਰ ਚੌਧਰੀ ਸੁੰਦਰ ਸਿੰਘ, ਚੌਧਰੀ ਵਿਕਰਮ, ਚੌਧਰੀ ਸੁੰਦਰ ਸਿੰਘ ਨੇ ਮੁੱਢਲੇ ਸਮੇਂ ਵਿੱਚ ਪੰਚਾਇਤੀ ਰਾਜ ਵਿੱਚ ਕੰਮ ਕੀਤਾ, ਜਿਹਦਾ ਪ੍ਰਿਸ਼ਦ ਮੈਂਬਰ ਰਹੇ। ਵਿਕਰਮ ਨੇ ਔਰਗਨਾਈਜੇਸ਼ਨ ਦੇ ਵਿੱਚ ਬਤੌਰ ਪ੍ਰੈਜੀਡੈਂਟ ਪੰਜਾਬ ਕਾਂਗਰਸ, ਅਗਰ ਕੋਈ ਇਸ਼ੂ ਲਏ ਤਾਂ ਗਰੀਬਾਂ ਦੇ ਲਏ, ਮਨਰੇਗਾ ਦੇ ਲਏ, ਯੇ ਲਏ, ਉਹਨਾਂ ਵਾਸਤੇ ਸੰਘਰਸ਼ ਕੀਤਾ, ਵੱਡਾ ਸੰਘਰਸ਼ ਕੀਤਾ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਹਮੇਸ਼ਾ ਮਾਸਟਰ ਜੀ ਦੇ ਦੱਸੇ ਹੋਏ ਰਸਤੇ 'ਤੇ ਸਾਡਾ ਪਰਿਵਾਰ ਚੱਲੇਗਾ, ਤੁਹਾਡੀ ਸੇਵਾ ਕਰੇਗਾ, ਕੌਮ ਦੀ ਸੇਵਾ ਕਰੇਗਾ। ਅੱਜ ਜਿਹੜੀ ਅੱਜ ਅਗਰ 38ਵੇਂ ਸਾਲ 'ਚ ਉਸੇ ਤਰ੍ਹਾਂ ਹਰ ਸਾਲ ਇਸੇ ਤਰ੍ਹਾਂ ਭਾਰੀ ਗਿਣਤੀ ਵਿੱਚ ਤੁਸੀਂ ਆਉਂਦੇ ਹੋ, ਇਹ ਮੈਂ ਸਮਝਦਾ ਕਿ ਤੁਸੀਂ ਸਾਡੀ ਐਨਰਜੀ ਹੋ, ਤੁਸੀਂ ਸਾਡੇ ਵਾਸਤੇ ਊਰਜਾ ਹੋ, ਤੁਸੀਂ ਸਾਨੂੰ ਇਹ ਸ਼ਕਤੀ ਦਿੰਦੇ ਹੋ ਕਿ ਅਸੀਂ ਜੋ ਮਾਸਟਰ ਜੀ ਦਾ ਪਾਇਆ ਹੋਇਆ ਰਸਤਾ ਉਸ 'ਤੇ ਚੱਲਦੇ ਰਹੀਏ ਔਰ ਸਮਾਜ ਔਰ ਕੌਮ ਦੀ ਸੇਵਾ ਕਰਦੇ ਰਹੀਏ। ਸੋ ਮੈਂ ਤੁਹਾਨੂੰ ਤੁਹਾਡਾ ਇੱਥੇ ਆਉਣ 'ਤੇ, ਸਪੀਕਰ ਸਾਹਿਬ ਆਏ, ਸਾਰੇ MLA ਸਾਹਿਬਾਨ ਆਏ ਔਰ ਜਲੰਧਰ ਦੀ ਸਾਰੀ ਬਿਊਰੋਕਰੇਸੀ ਸਿਵਲ ਜਿਹੜੀ ਹੈ ਔਰ ਪੁਲਿਸ ਇੱਥੇ ਆਈ ਹੈ ਔਰ ਸਾਰੇ ਹੀ ਮੇਰੇ ਜਿਹੜੇ ਸਾਥੀ ਸਾਰੇ ਇਲਾਕੇ 'ਚੋਂ ਸਾਰੇ ਜ਼ਿਲ੍ਹੇ 'ਚੋਂ ਇੱਥੇ ਆਏ ਹੋ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਮੈਂ ਤੁਹਾਨੂੰ ਫਿਰ ਇਹੀ ਵਿਸ਼ਵਾਸਨ ਦਿੰਦਾ ਕਿ ਸਾਡਾ ਮਿਸ਼ਨ ਜਿਹੜਾ ਮਾਸਟਰ ਗੁਰਵੰਤਾ ਸਿੰਘ ਜੀ ਦਾ ਦੱਸਿਆ ਹੋਇਆ ਰਸਤਾ ਉਹੀ ਸਾਡਾ ਮਿਸ਼ਨ ਹੈ, ਉਹੀ ਸਾਡੀ ਜ਼ਿੰਦਗੀ ਹੈ, ਉਹੀ ਸਾਡੀ ਲਾਈਫ ਹੈ, ਉਸ 'ਤੇ ਅਸੀਂ ਇਸੇ ਤਰ੍ਹਾਂ ਚੱਲਾਂਗੇ। ਬਹੁਤ ਬਹੁਤ ਸਪੀਕਰ ਸਾਹਿਬ ਤੁਹਾਡਾ ਧੰਨਵਾਦ, ਤੁਸੀਂ ਪਾਕਿਸਤਾਨ ਜਾ ਕੇ ਵੀ ਡਿਬੇਟਸ ਉਹਨਾਂ ਦੀ ਲਿਆਂਦੀਆਂ ਔਰ ਚੌਧਰੀ ਸਾਹਿਬ ਨਾਲ ਗਏ ਔਰ ਇੱਥੇ ਤੁਸੀਂ ਬੜੇ ਹੀ ਅੱਛੇ ਤਰੀਕੇ ਦੇ ਨਾਲ ਜਿਹੜਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਕੰਟਰੋਲ ਹੈ ਉਹ ਕਰ ਰਹੇ ਹੋ ਔਰ ਆ ਨਵੇਂ ਜਿਹੜੇ ਬਹੁਤ ਸਾਰੇ MLA ਇਸ ਵਾਰ ਬਣੇ ਔਰ ਮੈਂ ਸਮਝਦਾ ਕਿ ਤੁਹਾਡੀ ਛਤਰ ਸਾਹਿਬ ਵਿੱਚ ਇਹ ਬਹੁਤ ਅੱਛਾ ਪਰਫੋਰਮ ਕਰਨਗੇ, ਤੁਹਾਡੇ ਕੋਲ ਸਿੱਖਣਗੇ, ਤੁਸੀਂ ਇਹਨਾਂ ਨੂੰ ਵੱਧ ਤੋਂ ਵੱਧ ਮੌਕਾ ਦਿਓਗੇ ਕਿ ਇਹ ਆਪਣਾ ਜਿਹੜਾ ਹੁਨਰ ਹੈ ਵਿਧਾਨ ਸਭਾ ਵਿੱਚ ਦਿਖਾ ਸਕੇ। ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਫਤਿਹ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਧਰ ਦੋਨਾਂ ਸਾਈਡਾਂ 'ਤੇ ਲੰਗਰ ਲੱਗਾ, ਤੁਸੀਂ ਉਹ ਲੰਗਰ ਅਰਦਾਸ ਹੋਣੀ ਹੈ, ਅਰਦਾਸ ਤੋਂ ਬਾਅਦ ਤੁਸੀਂ ਲੰਗਰ ਛੱਕ ਕੇ ਜਾਣ ਔਰ ਸਪੀਕਰ ਸਾਹਿਬ ਔਰ ਸਾਥੀਆਂ ਨੇ ਇੱਧਰ ਕਰਨਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਚੌਧਰੀ ਸੰਤੋਖ ਸਿੰਘ ਜੀ ਦਾ। ਸਾਡੇ ਦਰਮਿਆਨ ਭੈਣ ਕੁਮਾਰੀ ਸੰਤੋਖ ਜੀ ਸੂਬਾ ਪ੍ਰਧਾਨ ਰਿਪਬਲਿਕਨ ਪਾਰਟੀ ਦੇ ਔਰ ਸਰਦਾਰ ਇਕਬਾਲ ਸਿੰਘ ਜੀ ਦਾ ਵੀ ਸ਼ੋਕ ਸੰਦੇਸ਼ ਗਵਰਨਰ ਸਾਹਿਬ ਦਾ ਪਹੁੰਚਿਆ। ਹੁਣ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਦਾ ਕਿ ਆਨੰਦ ਸਾਹਿਬ ਦਾ ਪਾਠ ਔਰ ਉਹ ਤੋਂ ਬਾਅਦ ਅਰਦਾਸ ਲਈ ਆਪਾਂ ਸਾਰੇ ਸਾਵਧਾਨ ਹੋਈਏ।